ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂ ਵਾਲੀਆ ਥਰਸਡੇ ਆ ਚੁੱਕਿਆ ਜੀ ਔਰ ਥਰਸਡੇ 7 ਵਜੇ ਅਸੀਂ ਲੈ ਕੇ ਆਉਨੇ ਆ Omni Mortgage Omni Reality ਤੋਂ ਐਡਵਾਈਸ ਹਰਮਨ ਸਿੰਘ ਜੀ ਦੇ ਨਾਲ ਔਰ ਉਹਨਾਂ ਦੀ ਟੀਮ ਦੇ ਨਾਲ ਕਿੱਥੇ ਆ ਜੀ ਅਸੀਂ ਪੰਜਾਬ ਐਵੇਨਿਊ 1 on 1 ਰਿਚਮੰਡ ਹਿਲ ਦੀ ਗੱਲ ਕਰੀਏ ਤਾਂ ਇੱਥੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਹੁੰਦੀ ਹੈ ਪੰਜਾਬੀਆਂ ਦਾ ਸਿਆਸੀ ਗੜ ਇਹਨੂੰ ਮੰਨਿਆ ਜਾਂਦਾ ਹੈ ਸਿਆਸੀ ਗੜ ਹੋਣ ਦੇ ਨਾਲ ਨਾਲ ਇਹ ਜਿਹੜਾ ਰਿਚਮੰਡ ਹਿਲ ਏਰੀਆ ਹੈਗਾ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਨਵੈਸਟਮੈਂਟ ਦਾ ਵੀ ਗੜ ਜਿਹੜਾ ਉਹ ਮੰਨਿਆ ਜਾ ਰਿਹਾ ਮਾਰਕੀਟ ਹੌਟ ਹੈ ਵੈਦਰ ਵੀ ਹੌਟ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਮਰ ਦੇ ਵਿੱਚ ਵੀ ਵੈਦਰ ਹੌਟ ਆਉਣ ਵਾਲਾ ਹੈ ਰੀਅਲ ਅਸਟੇਟ ਜਗਤ ਜਿਹੜਾ ਉਹ ਵੀ ਹੌਟ ਹੋ ਚੁੱਕਿਆ ਹੈ ਜੀ ਤੁਸੀਂ ਵੇਖ ਸਕਦੇ ਹੋ ਇਹਨਾਂ ਦੇ ਸਮਾਈਲਾ ਤੋਂ ਕੀ ਜਿਹੜੀ ਹੁਣ ਰੀਅਲ اسٹیਟ ਮਾਰਕੀਟ ਆ ਔਰ ਹੋਰ ਐਗਰੈਸਿਵ ਹੁੰਦੀ ਜਾ ਰਹੀ ਹੈ ਔਰ ਪ੍ਰੋਗਰੈਸਿਵ ਹੁੰਦੀ ਜਾ ਰਹੀ ਹੈ ਤੇ ਅੱਜ ਕੀ ਖਾਸ ਹੈ ਸਾਡੇ ਲਈ ਔਰ ਕੀ ਕੁਝ ਐਡਵਾਈਸ ਦੇਣਗੇ ਓਮਨੀ ਰੀਅਲਿਟੀ ਓਮਨੀ ਮੌਰਗੇਜ ਦੇ ਸੀਈਓ ਹਰਮਨ ਸਿੰਘ ਜੀ ਉਹਨਾਂ ਦੇ ਨਾਲ ਗੁਰਦੀਪ ਸਿੰਘ ਜੀ ਲਵ ਟੂ ਸਟਾਰਟ ਫਰੋਮ ਹਰਮਨ ਸਿੰਘ ਜੀ ਹਰਮਨ ਜੀ ਜੀ ਆਨੂੰ ਮੇਰੀ ਸਾਰਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਜੀ ਜਿਵੇਂ ਅਸੀਂ ਐਵਰੀਫੀਕੈਸੀ ਪ੍ਰੋਗਰਾਮ ਸਟਾਰਟ ਕਰਦੇ ਆ ਕਿ ਵੀ ਅਸੀਂ ਆਪਣੀ ਮਾਰਕੀਟ ਦੇ ਟਿਪਸ ਦੇ ਨਾਲ ਤੇ ਸਭ ਤੋਂ ਵੱਡਾ ਵੇ ਕਿ ਰਿਚਮਨਿਲ ਖੜੇ ਆ ਅਸੀਂ ਪੰਜਾਬ ਐਵੇਨਿਊ ਤੇ ਜਿਹੜਾ ਅਸੀਂ ਉੰਬੇਸ਼ਮ ਬੋਲਦੇ ਆ ਕਿ ਵੀ ਆ ਵੈਰੀ ਪ੍ਰਾਊਡ ਕਿ ਸਾਡੀ ਸਟਰੀਟ ਦਾ ਨਾਮ ਸਾਡੇ ਆਫਿਸ ਦੇ ਬਾਹਰ ਹੈਗਾ ਬਈ ਤੇ ਦੂਜੀ ਗੱਲ ਜਿਹੜਾ ਰਿਚਮੰਡਲ ਦੀ ਗੱਲ ਜਿਵੇਂ ਇਹਨਾਂ ਨੇ ਕੀਤੀ ਹੈ ਕਿ ਰਿਚਮੰਡਲ ਦੇ ਬਿਕਮ ਇਸ ਬਿਕਮਿੰਗ ਅ ਵੈਰੀ ਹੈਵੀ ਇਨਵੈਸਟਮੈਂਟ ਟਾਊਨ ਕਿ ਇਹਦੇ ਵਿੱਚ ਕਾਫੀ ਕਮਰਸ਼ੀਅਲ ਬਿਲਡਿੰਗਾਂ ਵਿਕ ਰਹੀਆਂ ਨੇ ਕਮਰਸ਼ੀਅਲ ਪ੍ਰਾਪਰਟੀਆਂ ਲੋਕ ਇਨਵੈਸਟ ਕਰ ਰਹੇ ਨੇ ਆਪਣਾ ਘਰ ਘਰ ਬਾਏ ਕਰ ਰਹੇ ਨੇ 2 ਫੈਮਿਲੀ 3 ਫੈਮਿਲੀ ਜਿਵੇਂ ਲੌਂਗ ਲੈਂਡ ਦੇ ਵਿੱਚ ਕਾਮਨ ਨਹੀਂ ਹੁੰਦਾ ਕਿ ਤੁਹਾਨੂੰ 2 ਫੈਮਿਲੀ 3 ਫੈਮਿਲੀ ਮਿਲ ਜਾਵੇ ਇੱਥੇ ਮਿਲਦਾ ਵੇ ਇਹ ਉਹ ਇਨਵੈਸਟਮੈਂਟ ਵਾਸਤੇ ਇਜ਼ ਗੁੱਡ ਏਰੀਆ ਟੂ ਇਨਵੈਸਟ ਕਿਉਂਕਿ ਆਪਣਾ ਆਪਣੀ ਕਮਿਊਨਿਟੀ ਹੈ ਆਪਣਾ ਕਲਚਰ ਹੈ ਆਪਣੀ ਹੈਰਿਟੇਜ ਹੈ ਉਹਦੇ ਕਰਕੇ ਟੈਨੈਂਟ ਮਿਲਣਾ ਈਜ਼ੀ ਹੁੰਦੇ ਨੇ ਕਿ ਤੁਸੀਂ ਇੱਥੇ ਆਪਣੀ ਇਨਵੈਸਟਮੈਂਟ ਕਰਵਾ ਇੱਥੇ ਆ ਕੇ ਬਿਲਕੁਲ ਔਰ ਜੇਕਰ ਤੁਸੀਂ ਪਲਾਨ ਕਰ ਰਹੇ ਹੋ ਫਰੋਮ ਰਿਚਮਨ ਹਿੱਲ ਯੂ ਵਾਂਟ ਟੂ ਮਾਈਗ੍ਰੇਟ ਟੂ ਲੌਂਗ ਆਇਲੈਂਡ ਹੇਅਰ ਇਜ਼ ਅ ਗਾਇ ਗੁਰਦੀਪ ਸਿੰਘ ਲੈਟਸ ਚੈੱਕ ਵਿਦ ਹਿਮ ਵਾਟ ਕਾਈਂਡ ਆਫ ਇਨਵੈਂਟਰੀ ਦੇ ਹੈਵ ਅਨਦਰ ਕੋਲ ਕਿ 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 ਇਨਵੈਂਟਰੀ ਹੈਗੀ ਹੈ ਗੁਰਦੀਪ ਸਿੰਘ ਜੀ ਕੀ ਹਾਲ ਹੈ ਸਟ੍ਰੀਟ ਜੀ ਸਾਰਿਆਂ ਨੂੰ ਜ ਸੋ ਅ ਇਨਵੈਂਟਰੀ ਦੀ ਗੱਲ ਕਰੀਏ what calls you are getting and what customers are asking ਕੀ ਕੁਝ ਪੁੱਛਦੇ ਹਨ ਤੁਹਾਨੂੰ ਇਨਵੈਂਟਰੀ ਜੀ ਇਸ ਟਾਈਮ ਲੌਂਗ ਆਇਲੈਂਡ ਦੇ ਵਿੱਚ ਇਨਵੈਂਟਰੀ ਇਸ ਟਾਈਮ ਹੈ ਬਟ ਇਟਸ ਅ ਵੈਰੀ ਕੁਇਕ ਕਮ ਐਂਡ ਗੋ ਹੈ ਤੇ ਪ੍ਰੋਪਰਟੀਆਂ ਆ ਰਹੀਆਂ ਨੇ ਪ੍ਰੋਪਰਟੀਆਂ ਨਾਲ ਦੀ ਨਾਲ ਵੇਖ ਵੀ ਰਹੀਆਂ ਨੇ ਤੇ ਜਿਹੜੇ ਅੱਛੇ ਘਰ ਨੇ ਡੋਜ਼ਨਟ ਸਟੇ ਲੌਂਗ ਇਨ ਦਾ ਮਾਰਕੀਟ ਸੋ ਅਸੀਂ ਆਪਣੇ ਕਲਾਇੰਟ ਨੂੰ ਸਾਰਿਆਂ ਨੂੰ ਇਹ ਸਜੈਸਟ ਕਰਦੇ ਹਾਂ ਇਫ ਯੂ ਆ ਰੀਲੀ ਪਲੈਨਿੰਗ ਟੂ ਮੂਵ ਟੂ ਲੌਂਗ ਆਇਲੈਂਡ ਲੈਟਸ ਮੂਵ ਇਟ ਲੈਟਸ ਟੂ ਇਟ ਯੂ نو ਅਸੀਂ ਕੁਇਕਲੀ ਰਿਸਪੌਂਸ ਕਰੀਏ ਕੁਇਕਲੀ ਅਸੀਂ ਆਪਣਾ ਕਰ ਸਜੈਸਟ ਕਰੀਏ ਜਦੋਂ ਵੀ ਸਾਨੂੰ ਕੋਈ ਸਾਡੇ ਬਾਹਰ ਸਾਡੇ ਕਲਾਇੰਟ ਸਾਨੂੰ ਦੱਸਦੇ ਨੇ ਵੀ ਅਸੀਂ ਵੀ ਆ ਰੈਡੀ ਟੂ ਮੂਵ ਅਸੀਂ ਸਾਰੀਆਂ ਡਿਟੇਲਸ ਲੈ ਕੇ ਉਹਨਾਂ ਨੂੰ ਅਸੀਂ ਪ੍ਰੋਪਰਟੀਆਂ ਫਾਈਂਡ ਆਊਟ ਕਰਕੇ ਈਮੇਲ ਕਰਦੇ ਆ ਤੇ ਸਾਡੀ ਉਸ ਤੋਂ ਬਾਅਦ ਕੋਸ਼ਿਸ਼ ਹੁੰਦੀ ਹੈ ਕਿ ਵੀ ਸ਼ੁੱਡ ਹੈਵ ਐਕਟ ਕੁਇਕਲੀ ਕਿਉਂਕਿ ਅੱਛੇ ਘਰ ਮਾਰਕੀਟ 'ਚ ਰੁਕਦੇ ਨਹੀਂ ਜ਼ਿਆਦਾ ਤੇ ਅੱਛੇ ਘਰ ਫਟਾਫਟ ਨਿਕਲ ਜਾਂਦੇ ਆ ਤੇ ਇਸੇ ਕਰਕੇ ਅਗਰ ਕੋਈ ਨਵਾਂ ਘਰ ਆਇਆ ਹੈ ਇਹ ਕੋਈ ਨਵਾਂ ਘਰ ਕੋਈ ਐਸਾ ਕੋਈ ਆ ਰਿਹਾ ਹੈ ਕੋਈ ਗੁੱਡ ਗੁੱਡ ਕੰਡੀਸ਼ਨ ਘਰ ਹੈ ਤੇ ਵੀ ਸ਼ੁਡ ਹੈਵ ਐਕਟ ਕੁਇਕਲੀ ਤੇ ਅਸੀਂ ਫਟਾਫਟ ਉਸ ਨੂੰ ਦੇਖੀਏ ਤੇ ਉਸ ਤੇ ਐਕਚੁਅਲ ਆ ਕੇ ਮੂਵ ਇਨ ਕਰੀਏ ਹਰਮਨ ਸਿੰਘ ਜੀ ਹੁਣ ਟੈਕਸ ਦਾ ਵੀ ਜਿਹੜਾ ਸੀਜ਼ਨ ਹੈ ਬਕਾਇਦਾ ਹੈਗਾ ਤੇ ਜਿਨ੍ਹਾਂ ਨੇ ਆਪਣਾ ਘਰ ਅਭੀ ਬਾਇ ਕਰਨਾ ਹੈ ਉਹਨਾਂ ਨੂੰ ਕੀ ਐਡਵਾਈਸ ਕਰਨਾ ਚਾਹੋਗੇ ਵੈਨ ਦੇ ਆਰ ਫਾਈਲਿੰਗ ਦੇ ਟੈਕਸਿਸ ਕਿਉਂਕਿ ਕਾਫੀ ਸਾਰੇ ਜਿਹੜੇ ਸਾਡੇ ਵਿਊਅਰਸ ਨੇ ਕਈ ਅਨਪਲੋਇਡ ਰਹੇ ਕਈ ਨੇ ਆਪਣੇ ਬਿਜ਼ਨਸ ਨੂੰ ਸ਼ਟ ਡਾਊਨ ਕਰਨਾ ਪਿਆ ਇਹ ਜੀ ਬੜਾ ਇੱਕ ਮਿਲਣ ਵਾਲਾ ਕੁਐਸਚਨ ਦੀ ਪੁੱਛਿਆ ਹੈਗਾ ਕਿ ਜਿਹੜਾ ਏਵਰੀ ਡੇ ਅ ਤੇ ਅਸੀਂ ਸ਼ੁਰੂ ਕਰਦੇ ਨੇ ਪਰ ਨਵੰਬਰ ਦਸੰਬਰ ਤੋਂ ਆਪਣੇ ਕਲਾਇੰਟਸ ਨੂੰ ਕਹਿਣਾ ਕਿ ਅਗਰ ਤੁਸੀਂ ਟੈਕਸ ਟਨ ਭਰਨੀ ਹੈ ਨੈਕਸਟ ਇਅਰ ਤੁਹਾਡਾ ਕਰ ਲੈਣ ਦਾ ਪਲਾਨ ਹੈ ਅਗਰ ਪਲਾਨ ਹੋਣਾ ਹੈ ਇਹ 6 ਮਹੀਨੇ ਬਾਅਦ ਹੈ ਬਟ ਡਿਊਰਿੰਗ ਦਾ ਇਅਰ ਆਫ 2021 ਦੇ ਵਿੱਚ ਤੇ ਇੱਕ ਵਾਰੀ ਸਾਨੂੰ ਕੰਸਲਟ ਕਰੋ ਕਿਉਂਕਿ ਕੀ ਹੁੰਦਾ ਕਈ ਵਾਰ ਇਨਕਮ ਥੋੜੀ ਜਿਹੀ ਸ਼ਾਰਟ ਪੈ ਜਾਂਦੀ ਹੈ ਸਪੈਸ਼ਲੀ ਆਪਣੇ ਸੈਲਫ এমਪਲੋਇਡ ਜਿਹੜੇ ਆਪਣੇ ਕੰਸਟਰਕਸ਼ਨ ਦੇ ਆਪਣੇ ਪ੍ਰਾਗੇ ਨੇ ਜਾਂ yellow ਦੇ ਆਪਣੇ ਟੈਕਸੀ ਦੇ ਉੱਪਰ ਦੇ ਆ ਗਏ ਉਹਨਾਂ ਦੀ ਸੈਲਫ এমਪਲੋਇਮੈਂਟ ਇਨਕਮ ਹੁੰਦੀ ਹੈ ਕਿ ਤੁਸੀਂ ਥੋੜੀ ਨੂੰ ਤੁਸੀਂ ਖਰਚੇ ਕਦੀ ਪਾਉਂਦੇ ਹੋ ਜਦੋਂ ਤੇ ਇਨਕਮ ਜਿਹੜੀ ਬੜੀ ਇੰਪੋਰਟੈਂਟ ਹੁੰਦੀ ਹੈ ਕਿ ਇਨਕਮ ਅਗਰ ਤੁਸੀਂ ਇੱਕ ਵਾਰੀ ਥੋੜੀ ਜੀ ਕੱਟ ਫਾਈਲ ਕਰਤੀ ਅਮੈਂਡੇਡ ਟੈਕਸਰ ਦੇ ਨਾਲ ਬੈਂਕ ਲੋਨ ਨਹੀਂ ਕਰਦੇ ਤੇ ਉਸ ਤੋਂ ਬੈਸਟ ਐਡਵਾਈਸ ਹੈ ਕਿ ਤੁਸੀਂ ਸਾਨੂੰ ਇੱਕ ਵਾਰੀ ਟੈਕਸਰ ਤੋਂ ਦਿਖਾ ਦਿਓ ਬਿਫੋਰ ਯੂ ਫਾਈਲ ਇਟ ਤੁਹਾਨੂੰ ਅਸੀਂ ਗਾਈਡ ਕਰ ਦਾਂਗੇ ਵੀ ਤੇ ਇਹਦੇ ਨਾਲ ਤੁਹਾਡਾ ਕਿੰਨਾ ਲੋਨ ਹੋ ਸਕਦਾ ਵੇ ਅਗਰ ਤੁਹਾਨੂੰ ਲੋਨ ਥੋੜਾ ਜਿਆਦਾ ਚਾਹੀਦਾ ਵੇ ਤੇ ਥੋੜੀ ਜੀ ਇਨਕਮ ਤੁਹਾਨੂੰ ਵਧਾਣੀ ਪੈਂਦੀ ਜਿਹੜੀ ਤੁਸੀਂ ਕਰ ਸਕਦੇ ਹੋ ਇੱਕ ਵਾਰੀ ਫਾਈਲ ਹੋ ਗਈ ਇਟਸ ਅ ਬਿਗ ਵੈਰੀ ਬਿਗ ਪ੍ਰੋਬਲਮ ਸੋ ਬਿਫੋਰ ਯੂ ਫਾਈਲ ਸਾਨੂੰ ਇੱਕ ਵਾਰੀ ਆ ਕੇ ਮਿਲੋ ਫ੍ਰੀ ਕੰਸਲਟੇਸ਼ਨ ਹੈ ਵੀ ਕੈਨ ਗਾਈਡ ਯੂ ਕਿ ਹੁਣ ਤੋਂ ਤੁਸੀਂ ਆਪਣੇ ਆਪ ਨੂੰ ਪਲਾਨ ਕਰੋ ਕਿ ਕਿੰਨੀ ਇਨਕਮ ਤੁਹਾਨੂੰ ਚਾਹੀਦੀ ਹੈਗੀ ਸੋ देयर ऑफिस ਆਈ ਥਿੰਕ ਫਰਮ ਯੋਰ ਹੋਮ ਇਟ ਵੀ ਲਾਈਕ 5 অর 6 ਮਾਈਲਸ অর 10 ਮਾਈਲਸ ਐਂਡ ਹੀ ਇਜ਼ ਗਿਵਿੰਗ ਯੂ ਦ ਐਡਵਾਈਸ ਥੈਟ ਡੋਨਟ ਫਾਈਲ ਰਾਈਟ ਨਾਓ ਟੇਕ ਸਮ ਐਡਵਾਈਸ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਜੇਕਰ ਤੁਸੀਂ ਆਪਣਾ ਟੈਕਸ ਫਾਈਲ ਕਰਨ ਲੱਗੇ ਹੋ ਔਰ ਤੁਸੀਂ ਪਲਾਨ ਕਰ ਰਹੇ ਹੋ ਕਿ ਯੂ ਵਾਂਟ ਟੂ ਬਾਇ ਅ ਹੋਮ ਦਿਸ ਈਅਰ ਸੋ ਉਹਦੇ ਲਈ ਵੀ ਐਡਵਾਈਸ ਤੁਸੀਂ ਲੈ ਸਕਦੇ ਹੋ ਕਿ ਕੀ ਕੁਝ ਤੁਹਾਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਫਾਰ ਫ੍ਰੀ ਪਰਸਨਲ ਕੰਸਲਟੇਸ਼ਨ ਯੂ ਕੈਨ ਕੰਟੈਕਟ ਹਰਮਨ ਸਿੰਘ ਜੇਕਰ ਤੁਸੀਂ ਆਪਣਾ ਪ੍ਰੀ ਅਪਰੂਵਲ ਚਾਹੁੰਦੇ ਹੋ ਲੋਨ ਵੀ ਚਾਹੁੰਦੇ ਹੋ ਔਰ ਤੁਹਾਡਾ ਲੋਨ ਨਹੀਂ ਹੋ ਰਿਹਾ ਤੁਸੀਂ ਕਾਫੀ ਥਾਵਾਂ ਦੇ ਉਤੇ ਟਰਾਈ ਕਰ ਲਿਆ ਤੁਸੀਂ ਕੋਈ ਹੋਰ ਮੌਰਗੇਜ ਕੰਪਨੀ ਅਪਲਾਈ ਕੀਤੀ ਪਰ ਤੁਹਾਡਾ ਉੱਥੇ ਨਹੀਂ ਹੋਇਆ ਸੋ ਹੀ ਵਿਲ ਟਰਾਈ ਹਿਸ ਲੈਵਲ ਬੈਸਟ ਕਿਉਂਕਿ ਤਜਰਬਾ ਜਿਹੜਾ ਉਹ ਕਮ ਆਉਂਦਾ ਤੇ ਹਰਮਨ ਸਿੰਘ ਜੀ ਦਾ ਤਜਰਬਾ ਤੁਹਾਡੇ ਵੀ ਕੰਮ ਆ ਸਕਦਾ ਇਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਕਾਫੀ ਲੰਬੇ ਸਮੇਂ ਤੋਂ ਉਹ ਤੁਹਾਡੀ ਮਦਦ ਕਰ ਸਕਦਾ ਜੇਕਰ ਤੁਹਾਡੇ ਬੱਚੇ ਵੀ ਕਹਿ ਰਹੇ ਹਨ ਨਿਆਣੇ ਵੀ ਕਹਿ ਰਹੇ ਹਨ ਕਿ ਡੈਡ ਮਮ लेट्स ਮੂਵ ਟੂ ਹਿਕਸਵਿਲੇਟਸ ਮੂਵ ਟੂ ਪਲੇਨ 뷰 ਪਰ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰੀਏ ਸੋ ਟੀਵੀ ਸਕਰੀਨ ਦੇ ਉੱਤੇ ਨੰਬਰ ਜਿਹੜਾ ਚੱਲ ਰਿਹਾ ਹਰਮਨ ਸਿੰਘ ਜੀ ਨੂੰ ਕਾਲ ਕਰਕੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਔਰ ਜੇਕਰ ਤੁਸੀਂ ਆਪਣੀ ਇਨਵੈਸਟਮੈਂਟ ਦੇ ਤੌਰ ਤੇ ਕੋਈ ਰੈਂਟਲ ਤੁਹਾਨੂੰ ਇਨਕਮ ਆਉਂਦੀ ਰਹੇ ਇਫ ਯੂ ਆਲਸੋ ਲੁਕਿੰਗ ਫੋਰ ਅ ਹਾਊਸ ਉਹ ਵੀ ਤੁਸੀਂ ਇਹਨਾਂ ਤੋਂ ਬਾਈ ਕਰ ਸਕਦੇ ਹੋ ਉਹਨੂੰ ਬਾਈ ਕਰਨ ਲਈ ਤੁਹਾਨੂੰ ਗੁਰਦੀਪ ਸਿੰਘ ਜੀ ਹੈਲਪ ਕਰਨਗੇ ਕਿੰਨੀ ਕੁ ਅਗਰ ਇਨਵੈਸਟਮੈਂਟ ਅਗਰ ਕੋਈ ਫੋਰ ਐਗਜ਼ਾਮਪਲ ਅਮਰੀਕਾ ਦੇ ਕਿਸੇ ਵੀ ਸਟੇਟ ਦਾ ਪ੍ਰੋਗਰਾਮ ਦੇਖ ਰਿਹਾ ਔਰ ਉਹ ਰਿਚਮੰਡ ਹਿੱਲ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦਾ ਹੈ ਉਹਦੇ ਲਈ ਤੁਹਾਡੇ ਕੋਲ ਕੀ ਪ ਜੇ ਕੋਈ ਰੀਅਲ ਅਸਟੇਟ ਵਿੱਚ ਅਗਰ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਡੈਫੀਨਿਟਲੀ ਵੀ ਬਸ ਸਜੈਸਟ ਕੀ ਤੁਸੀਂ 2 ਫੈਮਿਲੀ 3 ਫੈਮਿਲੀ ਆ 4 ਫੈਮਿਲੀ ਦੇ ਵਿੱਚ ਇਨਵੈਸਟਮੈਂਟ ਕਰੋ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਨੂੰ ਮਲਟੀਪਲ ਇਨਕਮ ਸੋਰਸ ਹੁੰਦੀਆਂ ਨੇ ਤੇ ਆ ਇਟਸ ਅ ਗੁੱਡ ਓਪਰਚੁਨਿਟੀ ਇਟਸ রাইਟ ਨਾਉ ਇਟਸ ਅ ਵੈਰੀ ਲੋ ਇੰਟਰਸਟ ਰੇਟ ਤੁਹਾਡੀ ਮਾਰਗੇਜ ਈਜ਼ੀ ਕੁਆਲੀਫਾਈ ਹੁੰਦੀ ਹੈ ਤੇ ਕੋਈ ਵੀ ਸਟੈਪ ਤੁਸੀਂ ਲੈਣਾ ਵੇ ਕੋਈ ਵੀ ਸਜੈਸ਼ਨ ਲੈਣੀ ਹੈ ਯੂ ਕੈਨ ਕਾਲ us any time ਅਸਰ ਨੂੰ ਤੁਹਾਨੂੰ देयर इज नो ਫੀਸ देयर इज नो ਚਾਰਜ ਜਸਟ ਯੂ نو ਪਿਕ ਅਪ ਯਰ ਫੋਨ ਐਂਡ ਕਾਲ us ਐਂਡ ਵੀ ਵਿ ਸੋ ਫਰਮ ਦਾ ਫਰਸਟ ਕੁਐਸਚਨ ਅੰਟਿਲ ਯੂ ਨੋ ਜਦੋਂ ਤੁਹਾਡੀ ਕਲੋਜ਼ਿੰਗ ਹੁੰਦੀ ਹੈ ਵੀਲ ਹੈਲਪ ਯੂ ਥਰੂ ਆਊਟ ਸੋ ਓਮਨੀ ਰਿਐਲਿਟੀ ਓਮਨੀ ਮੋਰਗੇਜ ਜਿਹੜੀ ਟੀਮ ਹੈਗੀ ਹੈ ਜੇਕਰ ਤੁਸੀਂ ਅਮਰੀਕਾ ਦੀ ਕਿਸੇ ਵੀ ਸਟੇਟ ਦੇ ਵਿੱਚ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ and you want to invest some money ਤੁਸੀਂ ਸੋਚ ਰਹੇ ਹੋ ਕਿ ਨਵਾਂ ਬਿਜ਼ਨਸ ਖੋਲ ਲਈਏ ਜਾਂ ਫਿਰ ਕਿੱਥੇ ਰੀਅਲ ਅਸਟੇਟ 'ਚ ਇਨਵੈਸਟਮੈਂਟ ਕਰ ਦਈਏ ਸੋ ਜਿਹੜਾ ਰਿਚਮੰਡ ਹਿਲ ਏਰੀਆ ਹੈਗਾ ਇਹ ਸਿਆਸੀਗੜ ਹੈਗਾ ਪੰਜਾਬੀਆਂ ਦਾ ਜਿੱਥੇ ਤੁਸੀਂ ਇਨਵੈਸਟਮੈਂਟ ਵੀ ਕਰ ਸਕਦੇ ਹੋ ਜੇਕਰ ਤੁਸੀਂ ਬਿਲਡਿੰਗ ਖਰੀਦਣਾ ਚਾਹੁੰਦੇ ਹੋ ਕਮਰਸ਼ੀਅਲ ਸਪੇਸ ਖਰੀਦਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਅਪਾਰਟਮੈਂਟਸ ਖਰੀਦਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਨਕਮ ਆਉਂਦੀ ਰਹੇ ਧਿਆਨ ਜਿਹੜਾ ਹੈਗਾ ਇਹਨਾਂ ਦੀ ਕੰਪਨੀ ਵੱਲੋਂ ਹਰਮਨ ਸਿੰਘ ਜੀ ਵੱਲੋਂ ਰੱਖਿਆ ਜਾਏਗਾ ਔਰ ਇਹ ਜਿਹੜੀ ਕੰਪਨੀ ਹੈ ਇਹਦਾ ٹرسٹ ਪਿਛਲੇ ਕਈ ਸਾਲਾਂ ਤੋਂ ਹੈ ਫਰੋਮ 1995 ਇਹਨਾਂ ਦਾ ਜਿਹੜਾ ٹرسٹ ਹੈ ਉਹ ਮਾਰਕੀਟ ਦੇ ਵਿੱਚ ਬਣਿਆ ਹੋਇਆ ਲਗਭਗ 25 ਸਾਲ ਦਾ ਤਜਰਬਾ ਇਹਨਾਂ ਦੀ ਰੈਪਿਊਟੇਸ਼ਨ ਜਿਹੜੀ ਹੈਗੀ ਹੈ ਮਾਰਕੀਟ ਦੇ ਵਿੱਚ ਬਣੀ ਹੋਈ ਹੈ ਔਰ ਇਹ ਕਈ ਸਾਰੇ ਲੋਕਾਂ ਨੂੰ ਇਨਵੈਸਟਮੈਂਟ ਦੇ ਤੌਰ ਤੇ ਇੱਥੇ ਇਨਵੈਸਟ ਕਰਾ ਚੁੱਕੇ ਨੇ ਔਰ ਜੋ ਅੱਜ ਰੈਂਟਲ ਉਹਨਾਂ ਦੀ ਇਨਕਮ ਜਿਹੜੀ ਆ ਬਕਾਇਦਾ ਬਣੀ ਹੋਈ ਹੈ ਆ ਹੋਰ ਵੀ ਕਈ ਸਾਰੇ ਸਵਾਲ ਨੇ ਜੋ ਕਿ ਤੁਸੀਂ ਜਾਨਣਾ ਚਾਹੁੰਦੇ ਹੋ ਪਰ ਜੇਕਰ ਤੁਹਾਡਾ ਕੋਈ ਪਰਸਨਲ ਸਵਾਲ ਹੈ ਤਾਂ ਟੀਵੀ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲ ਰਿਹਾ ਉਹਦੇ ਉੱਤੇ ਵੀ ਤੁਸੀਂ ਕਾਲ ਕਰਕੇ ਇਹਨਾਂ ਤੋਂ ਕੁਐਸ਼ਨ ਪੁੱਛ ਸਕਦੇ ਹੋ ਫਰਸਟ ਟਾਈਮ ਹੋਮ ਬਾਇਰ ਜਿਹੜੇ ਨੇ ਉਹ ਇਸ ਵਾਰ ਆਪਣਾ ਘਰ ਬਾਇ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਕਿਹੜੇ ਕਿਹੜੇ ਪੇਪਰ ਵਰਕ ਪੇਪਰ ਵਰਕ ਦੀ ਲੋੜ ਹੈਗੀ ਹੈ ਦੇਖੋ ਫਰਸਟ ਟਾਈਮ ਹੋਮ ਬਾਇਰ ਵਾਸਤੇ ਹੁੰਦਾ ਕਿ ਵੀ ਤੁਸੀਂ ਮਿਨਿਮਮ ਡਾਊਨ ਪੇਮੈਂਟ ਜਿਹੜੀ ਦੇ ਸਕਦੇ ਹੋ ਜਿਹੜੀ ਕਿ ਅਲਾਉਡ ਬਾਏ ਗਵਰਨਮੈਂਟ ਇਸ ਤੇ 3% ਡਾਊਨ ਹੈਗਾ ਵੇ ਰ 10% ਡਾਊਨ ਦੇ ਕੇ ਤੁਸੀਂ ਕਰ ਲਓ ਤੇ ਉਹਦੇ ਕਰ ਤੁਸੀਂ 2 ਫੈਮਿਲੀ ਲੈ ਰਹੇ ਹੋ ਇੱਕ ਪੋਰਸ਼ਨ ਰੈਂਟ ਕਰਤਾ ਕਿ ਤੁਹਾਡੀ ਮਾਰਗੇਜ ਪੇਮੈਂਟ ਇੰਨੀ ਕਿ ਬੰਦੀ ਹੈ ਜਿੰਨੇ ਤੁਹਾਡੀ ਰੈਂਟਲ ਤੇ ਤੁਹਾਡੀ ਉਹਦੇ ਨਾਲ ਇਨਕਮ ਦੇ ਨਾਲ ਤੁਹਾਡੀ ਮਾਰਗੇਜ ਪੇ ਹੋ ਜਾਂਦੀ ਹੈ which is a very big thing ਕਿਉਂਕਿ ਤੁਹਾਨੂੰ ਕਾਫੀ ਹੈਲਪ ਮਿਲ ਜਾਂਦੀ ਹੈ ਸੈਕੰਡ ਫੋਰ ਤੇ ਥਰਡ ਫੋਰ ਦੇ ਰੈਂਟਲ ਅਗਰ 2 ਜਾਂ 3 ਫੈਮਿਲੀ ਬਾਈ ਕਰਦੇ ਹੋ ਤੇ ਫਸਟ ਟਾਈਮ ਹੋਮ ਬਾਏ ਇਜ਼ ਅ 빅 ਪ੍ਰੋਗਰਾਮ ਜਿਨ੍ਹਾਂ ਕੋਲ ਘੱਟ ਪੈਸੇ ਨੇ ਇਹ ਨਹੀਂ ਕਿ ਤੁਹਾਨੂੰ ਕਰ ਨਹੀਂ ਮਿਲ ਸਕਦਾ ਇੱਕ ਵਾਰੀ ਕਾਲ ਕਰੋ ਸਾਨੂੰ ਕਿ 3% 3.5% ਡਾਊਨ ਦੇ ਤੇ ਲੋਨ ਹੁੰਦੇ ਨੇ ਉਹਦੇ ਨਾਲ ਤੁਹਾਨੂੰ ਮਿਨਿਮਮ ਮਿਨਿਮਮ ਟੋਟਲ ਪੈਸੇ ਚਾਹੀਦੇ ਨੇ ਜਿਹੜੇ ਵੀ ਐਵਰੇਜ ਫੈਮਿਲੀ ਕੋ ਹੁੰਦੇ ਨੇ ਇੱਕ ਥੋੜਾ ਜਿਹਾ ਇੱਕ ਚੱਕਾ ਹੁੰਦਾ ਹੈ ਕਿ ਵੀ ਅਸੀਂ ਜਾਈਏ ਗੱਲ ਕਰੀਏ ਪੈਸੇ ਹੈਗੇ ਨੇ ਮਗਰ ਇੱਕ ਜਿਹੜਾ ਇੱਕ ਖਿੱਚ ਕੇ ਲੈ ਕੇ ਆਣਾ ਉਸ ਚੀਜ਼ ਨੂੰ ਉਹ ਹੁੰਦਾ ਹੈ ਕਿ ਵੀ ਕਈ ਘਬਰਾਹਟ ਹੁੰਦੀ ਹੈ ਤੇ ਇੱਕ ਵਾਰ ਤੁਸੀਂ ਆਓ ਕਿ ਮਾਇਨ ਬਣਾਓ ਕਰਦਾ ਤੇ ਅਸੀਂ ਤੁਹਾਨੂੰ ਦੱਸਾਂਗੇ ਤੁਹਾਨੂੰ ਟੋਟਲ ਕਿੰਨੇ ਮਿਨਿਮਮ ਡਾਊਨ ਪੇਮੈਂਟ ਤੁਹਾਡਾ ਘਰ ਤੋਂ ਲੈ ਕੇ ਲੈ ਦੇਸ ਤੁਹਾਨੂੰ ਤੇ ਭਾਈ ਸਾਫ਼ ਜਿਹੜੀ ਗੱਲ ਹੈ ਕਹਿ ਰਹੇ ਨੇ ਮਨ ਬਣਾਓ ਤੇ ਆ ਜਾਓ ਮਨ ਬਣਾਣਾ ਬੜਾ ਜ਼ਰੂਰੀ ਹੈ ਸਾਲ ਔਰ ਜੇਕਰ 2021 ਦੇ ਵਿੱਚ ਤੁਸੀਂ ਆਪਣਾ ਅਮਰੀਕਨ ਡ੍ਰੀਮ ਪੂਰਾ ਕਰਨਾ ਚਾਹੁੰਦੇ ਹੋ ਯੂ ਵਾਂਟ ਟੂ ਹੈਵ ਯੋਰ ਅਮਰੀਕਨ ਡ੍ਰੀਮ ਹਾਊਸ ਯੂ ਆਰ ਲੁਕਿੰਗ ਫੋਰ ਇਨ ਆਦੀ ਟੀਮ ਬਹੁਤ ਪ੍ਰੋਫੈਸ਼ਨਲ ਹੈ ਔਰ ਤੁਹਾਨੂੰ ਹਰ ਇੱਕ ਘਰ ਦਿਖਾਉਂਦੀ ਹੈ ਜੋ ਤੁਸੀਂ ਚਾਹੁੰਦੇ ਹੋ ਕਸਟਮਾਈਜ਼ ਘਰ ਦੀ ਕੀ ਕੋਈ ਤੁਹਾਡੇ ਕੋਲ ਅਵੇਲੇਬਿਲਟੀ ਹੈ ਕਸਟਮਾਈਜ਼ ਕਰਕੇ ਸਾਡੇ ਕੋਲ ਅਵੇਲੇਬਿਲਟੀ ਹੈ ਜੇ ਸਾਡੇ ਕੋਲ ਹੈਕਸਵੈਲ ਦੇ ਵਿੱਚ ਹੈ ਪਲੇਨ 뷰 ਦੇ ਵਿੱਚ ਕਾਫੀ ਨਿਊ ਕੰਸਟਰਕਸ਼ਨਸ ਨੇ ਤੇ ਜਿਹੜੇ ਕਿ ਹਲੇ ਵੀ ਸਮ ਟਾਈਮਸ ਕੀ ਹੁੰਦਾ ਹੈ ਕਿ ਜਦੋਂ ਕੰਸਟਰਕਸ਼ਨ ਸਟਾਰਟ ਹੁੰਦੀ ਹੈ ਤੇ ਵੀ ਹੈਵ ਦੋਜ਼ ਇਨਵੈਂਟਰੀ ਅਸੀਂ ਆਪਣੇ ਕਲਾਇੰਟਸ ਨਾਲ ਡਿਸਕਸ कि वी स्टिल हैव अ टाइम टू यू नो बिल्ड द हाउस अकॉर्डिंग टू योर रिक्वायरमेंट ਤੁਹਾਡੇ ਕੋਈ ਸਪੈਸੀਫਿਕ ਕੋ ਰਿਕੁਆਇਰਮੈਂਟ ਹੈ ਕਮਰੇ ਕਿਸ ਤਰ੍ਹਾਂ ਦੇ ਵੱਡੇ ਚਾਹੀਦੇ ਨੇ ਛੋਟੇ ਚਾਹੀਦੇ ਨੇ ਕਿਚਨ ਕਿਸ ਤਰ੍ਹਾਂ ਦੀ ਬਣਾਣੀ ਹੈ ਅਪਲੈਂਸਸ ਕਿਸ ਤਰ੍ਹਾਂ ਦੇ ਚਾਹੀਦੇ ਨੇ ਪੇਂਟਸ ਕਿੱਦਾਂ ਦੇ ਕਰਵਾਣੇ ਹੈ ਹੀਟਿੰਗ ਸਿਸਟਮ ਕਿਸ ਤਰ੍ਹਾਂ ਲਵਾਣਾ ਹੈ ਬਾਹਰ ਤੁਸੀਂ ਬ੍ਰਿਕਸ ਕਿੱਦਾਂ ਦੀ ਲਵਾਣੀਆਂ ਹੈ ਮਤਲਬ ਈਚ ਐਂਡ ఎవਰੀਥਿੰਗ ਕਸਟਮਾਈਜ਼ ਅਸੀਂ ਐਬਸੋਲੂਟਲੀ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਵੀ ਕਰ ਲੈਂਦੇ ਆ ਵੀ ਹੈਵ ਟੂ ਸਿਟ ਡਾਊਨ ਵਿਦ ਯੂ ਕੰਟਰੈਕਟਰ ਅਸੀਂ ਡਿਸਕਸ ਕਰਕੇ ਪੇਪਰਵਰਕ ਸਾਰਾ ਰੈਡੀ ਕਰਕੇ एवरीथिंग ਵੀ ਪੁਟ ਔਨ ਦਾ ਪੇਪਰ ਜਿਹਦੇ ਨਾਲ ਬਾਅਦ ਚੋਕਨ ਕੋਈ ਕਨਫਿਊਜ਼ਨ ਵੀ ਨਹੀਂ ਰਹਿੰਦੀ ਤੇ ਦਿਸ ਇਜ਼ ਵਾਟ ਵੀ ਡੂ ਫॉर आवर ਕਸਟਮਰਸ ਔਰ ਜਿਨੇ ਕੋਈ ਆਪਣਾ ਰੈਸਟੋਰੈਂਟ ਵਾਲਾ ਖਾਣਾ ਦਸਰਿਆ ਹੁੰਦਾ ਨਾ ਫੂਡ ਦਸਰਿਆ ਹੁੰਦਾ ਇਨਗਰੀਡੀਐਂਟ ਉਵੇਂ ਗੁਰਦੀਪ ਜੀ ਇੱਥੇ ਘਰ ਬਾਰੇ ਦਸਰ ਰਹੇ ਨੇ ਮੈਨੂੰ ਪੱਕਾ ਪਤਾ ਤੁਹਾਡਾ ਮਨ ਬਣ ਗਿਆ ਹੋਣਾ ਔਰ ਤੁਸੀਂ ਵੀ ਆਪਣਾ ਘਰ ਜਿਹੜਾ ਉਹ ਬਾਇ ਕਰਨ ਦੇ ਲਈ ਸੋਚ ਰਹੇ ਹੋਣਿਓ ਆ ਓਮਨੀ ਰਿਐਲਿਟੀ ਦੀ ਟੀਮ ਨਾਲ ਤੁਸੀਂ ਜੁੜ ਸਕਦੇ ਹੋ ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ ਬ੍ਰੇਕ ਤੋਂ ਬਾਅਦ ਸਾਡਾ ਪ੍ਰ ब्रेक के बाद सारे सारे दर्शकों का स्वागत है ओमनी मॉर्गेज एडवाइस ਦੇ ਵਿੱਚ ਹਰਮਨ ਸਿੰਘ ਜੀ ਮਨਲ ਮੌਜੂਦ ਨੇ ਗੁਰਦੀਪ ਸਿੰਘ ਜੀ ਮੌਜੂਦ ਨੇ ਪੰਜਾਬ ਐਵੇਨਿਊ ਸੀ ਖਲੋਤੇ ਹੋਏ ਸੀਗੇ ਹੁਣ ਅਸੀਂ ਪੰਜਾਬ ਐਵੇਨਿਊ ਹੀ ਜਿੱਥੇ ਦਫਤਰ ਹੈਗਾ ओमनी ਰਿਐਲਟੀ ओमनी ਮਾਰਗੇਜ ਤੋਂ ਚੰਦ ਆ ਚੁਕੇ ਆ ਕੁਸ਼ਨ ਕਾਫੀ ਸਾਰੇ ਆਏ ਹੋਏ ਨੇ ਉਹਨਾਂ ਦੇ ਉੱਤੇ ਵੀ ਚਰਨਾ ਪਾ ਲੈਨੇ ਆ ਸਵਾਲ ਹੈਗਾ ਹਰਮਨ ਸਿੰਘ ਜੀ ਵੀ ਕਲੋਜ਼ਡ ਲਾਸਟ ਇਅਰ ਐਟ 6% ਵਿਦ ਨੋ ਇਨਕਮ ਪ੍ਰੋਗਰਾਮ ਕੈਨ ਵੀ ਰੀਫਾਈਨਾਂਸ ਨਾਓ ਐਂਡ ਲੋਅਰ ਦਾ ਇੰਟਰਸਟ ਰੇਟ ਹਾਂ ਜੀ ਤੁਸੀਂ ਬਿਲਕੁਲ ਰੀਫਰੈਂਸ ਕਰ ਸਕਦੇ ਹੋ ਜੀ ਕਿਉਂਕਿ ਅਗਰ ਸਾਲ ਪਹਿਲੇ ਤੁਸੀਂ ਕੀਤਾ ਸੀਗਾ ਕਿਸੇ ਕਿਸੇ ਪ੍ਰੋਗਰਾਮ ਵਿੱਚ ਇੱਕ ਹੁੰਦੀ ਹੈ ਇੱਕ ਕੰਡੀਸ਼ਨ ਕਿ ਇਨਵੈਸਟਮੈਂਟ ਪ੍ਰੋਪਰਟੀਆਂ ਦੇ ਚਾਹ ਕਿ ਤੁਸੀਂ ਇੱਕ ਸਾਲ ਲਈ ਰੀਫਰੈਂਸ ਨਹੀਂ ਕਰਾ ਸਕਦੇ ਅਗਰ ਤੁਹਾਡਾ ਪ੍ਰਾਇਮਰੀ ਹੈ ਕਰ ਤੁਸੀਂ ਲੈਂਡ ਰਹਿਣ ਵਾਸਤੇ ਲਿਆ ਸੀ ਉਹ ਤੁਸੀਂ ਰੀਫਰੈਂਸ ਕਰਾ ਸਕਦੇ ਹੋ ਦੈਟਸ ਨਾਲ ਨਾ ਪ੍ਰੋਬਲਮ ਮਗਰ ਐਵੇਂ ਕਿ ਤੁਸੀਂ ਉਹਦੇ ਵਿੱਚ ਕੰਡੀਸ਼ਨ ਹੈ ਕਿ ਤੁਸੀ ਕੋ ਰੀਜ਼ਨ ਹੋਏਗਾ ਕਿ ਤੁਸੀਂ ਉਹਨੂੰ 6% ਤੁਹਾਨੂੰ ਮਿਲਿਆ ਹੈ ਉਹਦਾ ਰੀਜ਼ਨ ਮੋਸਟ ਲਾਈਕਲੀ ਇਹੀ ਹੁੰਦਾ ਕਿ ਨੋ ਇਨਕਮ ਚੈੱਕ ਹੋਏਗਾ ਨੋ ਇਨਕਮ ਦੇ ਵਿੱਚ ਕਿਉਂਕਿ ਰੇਟ ਹਾਈ ਹੁੰਦੇ ਨੇ ਹੋਣ ਅਗਰ ਤੁਹਾਡੀ ਇਨਕਮ ਵੱਧ ਗਈ ਹੈ ਜਾਂ ਤੁਸੀਂ ਲਾਸਟ ਟਾਈਮ ਫਾਈਲ ਨਹੀਂ ਕੀਤੀ ਸੀਗੀ ਹੁਣ ਤੁਸੀਂ ਫਾਈਲ ਕਰ ਰਹੇ ਹੋ ਇਨਕਮ ਤੁਹਾਡੀ ਕੁਆਲੀਫਾਈ ਕਰਦੀ ਹੈ ਯੈਸ ਯੂ ਕੈਨ ਰੀਫਾਈਨਾਂਸ ਉਹ ਜੋ ਅਜਕਲ ਕਰੰਟ ਰੇਟ ਜੋ ਚੱਲ ਰਹੇ ਨੇ 3% ਦੇ ਆਸ-ਪਾਸ ਉਹ ਤੁਹਾਨੂੰ ਮਿਲ ਸਕਦਾ ਹੋਵੇ ਉਹਦੇ ਵਾਸਤੇ ਇੱਕ ਵਾਰੀ ਤੁਹਾਨੂੰ ਸਾਡੇ ਕੋਲ ਆ ਕੇ ਕੁਆਲੀਫਿਕੇਸ਼ਨ ਕਰਾਣੀ ਪਏਗੀ ਕਿਉਂਕਿ ਉਹਨੂੰ ਕਨਵਰਟ ਕਰਨਾ ਹੈ ਲੋਨ ਨੂੰ ਨੋ ਇਨਕਮ ਤੋਂ ਇਨਕਮ ਡਿਪੈਂਡ ਕਰਦਾ ਪ੍ਰਾਪਰਟੀ ਅਗਰ ਕুইਨਜ਼ ਏਰੀਆ ਚ ਹੈ ਅਗਰ ਨਿਊਯਾਰਕ ਸਿਟੀ ਏਰੀਆਸ ਉਹਦੇ ਜੀ ਕੋਨਾ ਹੈ ਕਿ ਮਾਰਗੇਜ ਟੈਕਸ ਨੂੰ ਵੀ ਟਰਾਂਸਫਰ ਕਰਾਉਣਾ ਪੈਂਦਾ ਜਿਹਦਾ ਟਾਈਮ ਲੱਗਦਾ ਹੈਗਾ ਵ ਬਟ ਉਹਦੇ ਇਸੇ ਓਵਰਆਲ ਦੇਖੇ ਸਾਨੂੰ ਕੈਲਕੂਲੇਸ਼ਨ ਕਰਕੇ ਦੇਖਣਾ ਪਏਗਾ ਕਿ ਤੁਹਾਨੂੰ ਕਿੰਨਾ ਬੈਨੀਫਿਟ ਹੁੰਦਾ ਹੋਵੇ ਔਰ ਕਿੰਨਾ ਲੰਬੇ ਤੁਸੀਂ ਕਰ ਚ ਰਹਿਣਾ ਹੋਵੇ ਅਗਰ ਲੈਟ ਸੇ ਤੁਸੀਂ ਕੋਈ ਅਸੀਂ 3-4 ਸਾਲ ਕਰਦੇ ਚ ਹੋਰ ਰਹਿਣਾ ਹੋਵੇ ਤੇ ਫਿਰ ਮੇਬੀ ਇਟ ਵਿਲ ਨਾਟ ਬੀ ਵਰਥ ਟੂ ਰੀਫਾਈਨਾਂਸ ਸਾਨੂੰ ਕੋਈ ਕੌਲ ਆਉਂਦੀਆਂ ਅਸੀਂ ਐਡਵਾਈਸ ਕਰ ਦਿੰਨੇ ਆ ਕਿ ਵੀ ਤੁਸੀਂ ਇਹ ਜਿਹੜਾ ਤੁਸੀਂ ਲੋਨ ਕਰਾਉਣਾ ਚਾਹੁੰਦੇ ਹੋ ਰੀਫਾਈਨਾਂਸ ਐਨੇ ਸਾਲ ਪੇ ਕਰ ਚੁੱਕੇ ਹੋ ਤੇ ਕੋਈ ਬੈਨੀਫਿਟ ਨਹੀਂ ਹੈ ਕਿ ਲਾਟ ਆਫ ਟਾਈਮ ਬੈਨੀਫਿਟ ਅਗਰ ਨਾ ਹੋਵੇ ਤੁਸੀਂ ਤੁਹਾਨੂੰ ਇਨਕਰੇਜ ਨਹੀਂ ਕਰਦੇ ਰੀਫਾਈਨਾਂਸ ਕਰਾਓ ਅਗਰ ਬੈਨੀਫਿਟ ਹੋਏਗਾ ਤਾਂ ਹੀ ਤੁ ਸਵਾਲ ਆ ਗਿਆ ਨੈਕਸਟ ਕੁਸ਼ਨ ਹੈਗਾ ਜੀ ਵੀ ਆਰ ਰੈਂਟਿੰਗ ਰਾਈਟ ਨਾਓ ਐਂਡ ਸਾਈਨ ਦ ਲੀਜ਼ ਫਾਰ 1 ਇਅਰ ਹਾਊ ਕੈਨ ਵੀ ਬਾਏ ਦ ਹਾਊਸ ਵਾਈਲ ਵੀ ਹੈਵ ਦ ਲੀਜ਼ ਬੜਾ ਅੱਛਾ ਕੁਸ਼ਸ਼ਨ ਹੈ ਜੀ ਕਿਉਂਕਿ ਜਦੋਂ ਵੀ ਤੁਸੀਂ ਅਪਾਰਟਮੈਂਟ ਰੈਂਡ ਕਰਦੇ ਹੋ ਤੇ ਲੈਂਡਲੋਰਡ ਆਪਣੀ ਪ੍ਰੋਟੈਕਸ਼ਨ ਵਾਸਤੇ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਲੀਜ਼ ਸਾਈਨ ਕਰਾਉਂਦੇ ਨੇ ਹੁਣ ਤੁਸੀਂ ਲੀਜ਼ ਸਾਈਨ ਕੀਤੀ 1 ਸਾਲ ਵਾਸਤੇ ਤੇ 4 ਮਹੀਨੇ ਬਾਅਦ ਤੁਹਾਡਾ ਮਾਈਂਡ ਚੇਂਜ ਹੋ ਗਿਆ ਤੁਸੀਂ ਘਰ ਬਾਏ ਕਰਨਾ ਚਾਹੁੰਦੇ ਹੋ ਲੀਜ਼ ਨੂੰ ਬ੍ਰੇਕ ਕਰਨਾ ਚਾਹੁੰਦੇ ਹੋ ਲੈਂਡਲਾਰਡਸ ਮੋਸਟ ਆਫ ਦਾ ਟਾਈਮ ਉਹਨਾਂ ਨੇ ਵੀ ਆਪਣਾ ਤੁਹਾਨੂੰ ਜਿਹੜਾ ਅਪਾਰਟਮੈਂਟ ਦਿੱਤਾ ਹੁੰਦਾ ਵੇ ਕਈ ਵਾਰ ਹੁੰਦਾ ਕਿ ਰੇਨੋਵੇਸ਼ਨ ਕਰਾਈ ਹੁੰਦੀ ਹੈ ਅਪਾਰਟਮੈਂਟ ਠੀਕ ਕਰਾਇਆ ਉਹਦੇ ਤੇ ਖਰਚਾ ਕੀਤਾ ਹੁੰਦਾ ਹੈ ਤੇ ਅਗਰ ਟੈਨ ਕੋਈ 2-3 ਮਹੀਨੇ ਬਾਅਦ ਨਿਕਲ ਜਾਵੇ ਤਾਂ ਉਹਨਾਂ ਨੂੰ ਦੁਬਾਰਾ ਸਾਰਾ ਕੰਮ ਕਰਾਉਣਾ ਪੈਂਦਾ ਵੇ ਤੇ ਉਹ ਲੈਂਡਲਾਰਡ ਲਈ ਥੋੜਾ ਮਹਿੰਗਾ ਪੈਂਦਾ ਵੇ ਇਸ ਕਰਕੇ ਲੈਂਡਲਾਰਡ ਲੀਜ਼ ਕਰਾਉਂਦੇ ਨੇ ਕਿ ਤੁਹਾਨੂੰ ਲੀਜ਼ ਵਾਸਤੇ ਫੋਰਸ ਕਰਦੇ ਨੇ ਕਿ ਲੀਜ਼ ਨੂੰ ਤੁਸੀਂ ਐਟਲੀਸਟ ਸਾਲ ਜਾਂ 2 ਸਾਲ ਜੋ ਟਰਮਸ ਤੁਸੀਂ ਲਿਸਾਈਨ ਕੀਤੀ ਹੈ ਉਹਨੂੰ ਰੱਖੋ ਹੁਣ ਅਗਰ ਤੁਹਾਡੇ ਲੈਂਡਲਾਰਡ ਨੇ ਕੋਈ ਖਰਚਾ ਕੀਤਾ ਸੀ ਤਾਂ ਦੇ ਵਿਲ ਬੀ ਕਨਸਰਨ ਉਹਨੂੰ ਤੁਸੀਂ ਨੇਗੋਸ਼ੀਏਟ ਕਰ ਸਕਦੇ ਹੋ ਕਾਫੀ ਟਾਈਮ ਲੈਂਡਲੋਰਡ ਜਿਹੜੇ ਹੁੰਦੇ ਨੇ ਦੇ ਵਰਕ ਵਿਦ ਯੂ ਕਿ ਵਿਚਾਰੋ ਤੁਸੀਂ ਕਿ ਸਾਨੂੰ ਇੱਕ ਕੋਈ ਸਿਕਿਉਰਿਟੀ ਆਪਣੀ ਜਿਹੜੀ ਤੁਸੀਂ ਦਿੱਤੀ ਹੈ ਉਹਨੂੰ ਛੱਡ ਦਿਓ ਜਾਂ ਸਾਨੂੰ ਇੱਕ ਮਹੀਨੇ ਹੋਰ ਐਕਸਟਰਾ ਰੈਂਟ ਦੇ ਦਿਓ ਤੇ ਬ੍ਰੇਕ ਦ ਲੀਸ ਸਮ ਲੈਂਡਲੋਰਡ ਦੇ ਵੈਰੀ ਜਿਹੜੀ ਵਧੀਆ ਮੈਨੇਜਮੈਂਟ ਕੰਪਨੀਆਂ ਹੁੰਦੀਆਂ ਨੇ ਦੇ ਰੌਂਡ ਹੈਵ ਨੋ ਉਹ ਤੇ ਪੂਰਾ ਤੁਹਾਨੂੰ ਫੋਰਸ ਕਰਦੀਆਂ ਨੇ ਕਿ ਤੁਸੀਂ ਆਪਣੀ ਲੀਸ ਨੂੰ ਰੱਖੋ ਉਹਦੇ ਵਿੱਚ ਕੋਈ ਹਾਰਡਸ਼ਿਪ ਹੋਵੇ ਕੋਈ ਐਸਾ ਕਨਸਰਨ ਹੈ ਤੁਸੀਂ ਜਾ ਕੇ ਗੱਲ ਕਰ ਸਕਦੇ ਮੈਨੇਜਮੈਂਟ ਦੇ ਨਾਲ ਅਗਰ ਕੋਈ ਪ੍ਰਾਈਵੇਟ ਲੈਂਡਲੋਰਡ ਹੈ 1 ਟੂ 1 ਹੈ ਉਹਦੇ ਨਾਲ ਡੈਫੀਨਿਟਲੀ ਤੁਸੀਂ ਬੈਠ ਕੇ ਗੱਲ ਕਰ ਸਕਦੇ ਹੋ 네ਗੋਸ਼ੀਏਟ ਕਰ ਸਕਦੇ ਹੋ ਉਹਨਾਂ ਨਾਲ ਐਂਡ जस्ट ਵਰਕ ਇਟ ਆਊਟ ਕਿ ਅਗਰ ਉਹਨਾਂ ਦਾ ਕੋਈ ਖਰਚਾ ਆਇਆ ਤੁਸੀਂ ਕੰਪਨਸੇਟ ਕਰਦੇ ਹੋ ਤੁਹਾਡਾ ਵੀ ਕੰਮ ਹੋ ਜੇ ਉਹਨਾਂ ਦਾ ਵੀ ਕੰਮ ਹੋ ਜੇ ਠੀਕ ਹੈ ਸੋ ਇੱਕ ਸਵਾਲ ਇੱਥੇ ਹੋਰ ਆ ਗਿਆ ਜੀ ਕਈ ਸਾਰੇ ਐ ਪੁੱਛਦੇ ਹਨ ਤੁਹਾਡੇ ਜਿਹੜੇ ਵਿਊਅਰਸ ਨੇ ਸਾਡੇ ਔਰ ਤੁਹਾਡੇ ਜਿਹੜੇ ਕਲੈਂਟਸ ਨੇ ਪੁੱਛਦੇ ਨੇ ਕਿ ਅਸੀਂ ਕਈ ਸਾਰੀ ਮਲਟੀਪਲ ਕੰਪਨੀਆਂਸ ਨੂੰ ਓਨ ਕਰਦੇ ਹਾਂ ਮਾਰਗੇਜ ਲੈਂਡ ਲਈ ਸਾਨੂੰ ਸਾਰੀ ਕੰਪਨੀਆਂ ਦਿਖਾਣੀ ਪੈਣਗੀਆਂ ਕਿ ਅਸੀਂ ਲਿਮਟ ਜਿਹੜੀ ਕੰਪਨੀਆਂਸ ਆਪਣੀਆਂ ਉਹ ਦਿਖਾ ਸਕਦੇ ਹਾਂ ਦੇਖੋ ਜੀ ਰੂਲ ਕਹਿੰਦਾ ਕਿ ਜਿਹੜੀ ਵੀ ਤੁਸੀਂ ਆਪਣੀ ਕੰਪਨੀ ਐ ਓਨ ਕਰਦੇ ਹੋ 25% ਔਰ ਮੋਰ ਤੁਹਾਨੂੰ ਉਹਦੀ ਟੈਕਸ ਰੰਮ ਦਿਖਾਣੀ ਪੈਂਦੀ ਹੈ ਤੇ ਅਗਰ ਕੋਈ ਤੁਹਾਡੀ ਜਿਵੇਂ ਕਈ ਕਈ ਕਾਰਪੋਰੇਸ਼ਨ ਵਾਲੀ ਹੁੰਦੀਆਂ ਨੇ ਸੀ ਕorp ਹੁੰਦੀ ਜਿਹੜੀ ਉਹਦੇ ਟੈਕਸ ਨਕਰ ਨਹੀਂ ਵੀ ਹੈ ਤੁਸੀਂ ਨਹੀਂ ਫਾਈਲ ਕੀਤੀ ਉਹਦਾ ਬਿਨਾ ਕੰਮ ਚੱਲ ਸਕਦਾ ਕਿਉਂਕਿ ਉੱਥੇ ਤੁਹਾਨੂੰ W2 ਇਸ਼ੂ ਹੁੰਦਾ ਵੇ ਆਦਰਵਾਇਜ਼ ਅਗਰ ਤੁਸੀਂ 25% ਜਿਆਦਾ ਓਨ ਕਰਦੇ ਹੋ ਦੇ ਅੰਡਰ ਆਰਡਰ ਰਿਕੁਆਇਰਸ ਕਿ ਉਹਨੂੰ ਦੇਖਣਾ ਚਾਹੁੰਦੇ ਨੇ ਕਿ ਵੀ ਤੁਸੀਂ ਤੁਹਾਡੀ ਕਿਸੇ ਕੰਪਨੀ ਵਿੱਚ ਕੋਈ ਲਾਸਟ ਨਹੀਂ ਹੈਗਾ ਮੇਜਰ ਲਾਸਟ ਨਹੀਂ ਹੈਗਾ ਕੰਪਨੀ ਦੇ ਵਿੱਚ ਦੈਟਸ ਫਾਰ ਦੇ ਐਸ ਫਾਰ ਇਟ ਕਈ ਵਾਰ ਹੁੰਦਾ ਕਿ ਟੈਕਸ ਟਨ ਤੁਸੀਂ ਅਗਰ ਕੰਪਨੀ ਤੁਹਾਡੀ 5 ਸਾਲ ਪੁਰਾਣੀ ਹੈ ਤੁਹਾਡੀ 18 ਚ ਇਨਕਮ ਬਹੁਤ ਘੱਟ ਸੀ 19 ਚ ਇਨਕਮ ਜ਼ਿਆਦਾ ਹੋ ਗਈ 20 ਜ਼ਿਆਦਾ ਹੋ ਗਈ ਤੇ ਸਾਡੇ ਕੋਲ ਇੱਕ ਐਕਸੈਪਸ਼ਨ ਹੁੰਦੀ ਹੈ ਕਿ ਅਸੀਂ 1 ਇਅਰ ਟੈਕਸ ਟਨ ਦੀ ਬੇਸ ਤੇ ਲੋਨ ਕਰਦੇ ਆ ਕਿ ਐਨੀ ਕੰਪਨੀ ਹੋ ਰੈਨੀ ਬਿਜ਼ਨਸ ਤੁਸੀਂ ਹੈਗੇ ਉਹ ਜਿਵੇਂ ਅਗਰ ਕੋਈ ਟੈਕਸੀ ਚਲਾ ਰਹੇ ਹੋ 5 ਸਾਲ ਤੋਂ ਜਾਂ ਕੰਸਟਰਕਸ਼ਨ ਕੰਪਨੀ ਹੈ ਜਾਂ ਕੋਈ ਬਿਜ਼ਨਸ ਹੈ ਅਗਰ ਵੀ ਕੈਨ ਯੂਜ਼ 1 ਈਅਰ ਟੈਕਸ ਰਿਟਰਨ ਟੂ ਗੈਟ ਦਾ ਲੋਨ ਡਨ ਤੋ ਉਹਦੇ ਤੁਹਾਨੂੰ ਫਿਰ ਤੁਹਾਨੂੰ ਪਿਛਲੇ ਸਾਲਾਂ ਦੇ ਟੈਕਸ ਰਿਟਰਨ ਦਿਖਾਣੀ ਨਹੀਂ ਪੈਂਦੀ ਜੀ ਅਰਜਨ ਸਿੰਘ ਹੋਰਾਂ ਦਾ ਸਵਾਲ ਆ ਵੀ ਆਇਆ ਜੀ ਮੀ ਐਂਡ ਮਾਈ ਵਾਈਫ ਗੈਟ ਇਨਕਮ ਟੂ ਟੇਕ ਕੇਅਰ ਆਫ ਆਰ ਪੇਰੈਂਟਸ ਕੈਨ ਵੀ ਯੂਜ਼ ਥੈਟ ਐਸ ਇਨਕਮ ਟੂ ਬਾਏ ਦਾ ਹਾਊਸ ਥਿਸ ਇਜ਼ ਅ ਵੈਰੀ ਗੁੱਡ ਕੁਐਸਚਨ ਜੀ ਕਿਉਂਕਿ ਥਿਸ ਇਜ਼ ਅ ਬੜਾ ਕਾਮਨ ਕੁਐਸਚਨ ਹੈ ਸਾਡੀ ਸਿਰਫ ਸਾਡੀ ਕਮਿਊਨਿਟੀ ਚ ਨਹੀਂ ਇਹ ਹਰ ਕਮਿਊਨਿਟੀ ਦੇ ਵਿੱਚ ਅੱਜ ਕੱਲ ਉਹਨਾਂ ਨੇ ਜਿਹੜਾ ਪ੍ਰੋਗਰਾਮ ਹੈ ਕਿ ਤੁਸੀਂ ਆਪਣੇ ਪੇਰੈਂਟਸ ਦੇ ਐਲਡਰਲੀ ਪੇਰੈਂਟਸ ਦੀ ਟੇਕ ਕੇਅਰ ਕਰੋ ਕਈ ਕੇਸਿਸ ਦੇ ਵਿੱਚ ਹੁੰਦਾ ਹੈ ਕਿ ਤੁਸੀਂ ਕਿਸੇ ਆਪਣੇ ਅੰਕਲ ਦੀ ਜਾਂ ਕਿਸੇ ਆਪਣੇ ਦੂਜੇ ਪੇਸ਼ੈਂਟ ਦੀ ਟੇਕ ਕੇਅਰ ਕਰ ਰਹੇ ਹੋ ਤੇ ਤੁਹਾਨੂੰ ਉਹਦੇ ਪੈਸੇ ਮਿਲਦੇ ਨੇ ਤੇ ਉਹ ਪੈਸੇ ਤੁਸੀਂ ਕੈਨ ਬੀ ਯੂਜ਼ ਇਟ ਟੂ ਬਾਈ ਦਾ ਹਾਊਸ ਯੈਸ ਯੂ ਕੈਨ ਮਗਰ ਐਵੇਂ ਕਿ ਉਹਦੇ ਚ ਰਿਕੁਆਇਰਮੈਂਟ ਹੈ ਵੀ ਦੋ ਸਾਲ ਤੋਂ ਤੁਸੀਂ ਉਹ ਕੰਮ ਕਰਦੇ ਹੋਵੋ ਕਈ ਐਕਸੈਪਸ਼ਨ ਦੇ ਵਿੱਚ 1 ਸਾਲ ਦੀ ਵੀ ਹੋ ਜਾਂਦਾ ਸੀ ਐਕਸੈਪਟ ਕਰ ਲੈਂਦੇ ਆਗਾ ਤੁਸੀਂ ਪ੍ਰਾਇਰ ਕੋਈ ਹੋਰ ਜੌਬ ਕਰ ਰਹੇ ਸੀ ਤੁਸੀਂ ਕੋਈ ਕੋਰਸ ਕੀਤਾ ਛੋਟਾ ਜਿਹਾ ਤੇ ਉਸ ਤੋਂ ਬਾਅਦ ਤੁਸੀਂ ਐਚ ਐਚ ਏ ਦਾ ਤੁਸੀਂ ਤੁਹਾਨੂੰ ਜੌਬ ਮਿਲ ਗਈ ਉਹਦੇ ਵਿੱਚ ਤੁਸੀਂ 1 ਇਅਰ ਟੈਕਸਟਨ ਵੀ ਯੂਜ਼ ਸੌਰੀ 1 ਇਅਰ ਦੀ ਜੌਬ ਯੂਜ਼ ਕਰ ਸਕਦੇ ਹੋ ਬਟ ਇਜ਼ ਅ ਕੇਸ ਬਾ ਕੇਸ ਤੁਸੀਂ ਸੰਕਾਲ ਕਰ ਸਕਦੇ ਹੋ ਯੈਸ ਤੁਸੀਂ ਉਹਦੀ ਇਨਕਮ ਯੂਜ਼ ਕਰਕੇ ਯੂ ਕੈਨ ਬਾਇ ਹਾਊਸ ਯੈਸ ਬਿਲਕੁਲ ਗੁਰਦੀਪੀਰ ਜੀ ਹੁਣ ਜੇਕਰ ਅਸੀਂ ਬਾਇ অর ਸੈਲ ਦੀ ਗੱਲ ਕਰ ਲਈਏ ਬਾਇ ਤਾਂ ਲੋਕ ਕਰਨਾ ਚਾਹੁੰਦੇ ਆ ਲੇਕਿਨ ਤੁਸੀਂ ਘਰ ਸੈਲ ਕਿਵੇਂ ਕਰਦੇ ਹੋ ਅਜਿਹੀ ਚੀਜ਼ ਜਦੋਂ ਸਾਡੇ ਕਲਾਇੰਟ ਤੇ ਰਿਕੁਆਇਰਮੈਂਟ ਹੁੰਦੀ ਹੈ ਕਿ ਵੀ ਅਸੀਂ ਘਰ ਵੇਚਣਾ ਚਾਹੁੰਦੇ ਆਂ ਤੇ ਉਹਨੂੰ ਵੇਚ ਕੇ ਅਸੀਂ ਲੈਣਾ ਚਾਹੁੰਦੇ ਆਂ ਤੇ ਅਸੀਂ ਫਿਰ ਅਸੀਂ ਉਹਨਾਂ ਨੂੰ ਕੀ ਕਹਿੰਨੇ ਆ ਕਿ ਸਭ ਤੋਂ ਪਹਿਲਾਂ ਸਾਡੇ ਕੋਲ ਆਫਿਸ ਆਓ ਅਸੀਂ ਬੈਠ ਕੇ ਸਾਰੀ ਉਹਨਾਂ ਨੂੰ ਪਿਛਲੇ ਜੋ ਮਾਰਕੀਟ ਟ੍ਰੈਂਡ ਚੱਲ ਰਿਹਾ ਹੈ ਕਿ ਉਸ ਉਸ ਘਰ ਦੇ ਹਿਸਾਬ ਦੇ ਘਰ ਜਿੰਨੇ ਦੇ ਵਿਕਰੇ ਨੇ ਅਸੀਂ ਉਹਨਾਂ ਨੂੰ ਸਾਰੀ ਕੈਲਕੂਲੇਸ਼ਨ ਕਰਕੇ ਦੱਸਦੇ ਆ ਕਿ ਵੀ ਦੇਖੋ ਅਸੀਂ ਤੁਹਾਡਾ ਘਰ ਇਨ ਅਨਲਿਸਟ ਕਰਾਂਗੇ ਇੰਨੇ ਦੇ ਵਿਕਣ ਦੇ ਚਾਂਸਸ ਨੇ ਇਹ ਤੁਹਾਡੇ ਐਕਸਪੈਂਸਸ ਹੋਣਗੇ ਤੇ ਐਟ ਦ ਐਂਡ ਆਫ ਦ ਡੇ ਕਲੋਜ਼ਿੰਗ ਤੁਹਾਨੂੰ ਐਨੀ ਮੰਨੀ ਤੁਹਾਡੇ ਕੋਲ ਆ ਸਕਦੀ ਤੇ ਉਹਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਫਿਰ ਕੁਆਲੀਫਾਈ ਕਰਦੇ ਹਾਂ ਕਿ ਦੇਖੋ ਤੁਹਾਡੇ ਕੋਲ ਇੰਨੀ ਮਨੀ ਹੈ ডাউন ਪੇਮੈਂਟ ਵਾਸਤੇ ਇੰਨੇ ਦਾ ਤੁਸੀਂ ਘਰ ਲੈ ਸਕਦੇ ਹੋ ਤੁਹਾਡੇ ਇਨਕਮ ਦੇ ਹਿਸਾਬ ਨਾਲ ਤੇ ਦੋਵੇਂ ਚੀਜ਼ਾਂ ਫਿਰ ਕਿੱਠੀਆਂ ਚਲਦੀਆਂ ਨੇ ਜਦੋਂ ਅਸੀਂ ਉਹਨਾਂ ਦੀ ਲਿਸਟਿੰਗ ਲੈਂਦੇ ਹਾਂ ਜਦੋਂ ਉਹਨਾਂ ਦਾ ਕੰਟਰੈਕਟ ਹੋ ਜਾਂਦਾ ਹੈ ਦੈਨ ਵੀ 스타ਟ ਵਰਕਿੰਗ ਔਨ ਦ ਪਰਚੇਸ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਹੁਣ ਸਾਡਾ ਇਹਦਾ ਕੰਟਰੈਕਟ ਹੋ ਗਿਆ ਵੇ ਸਾਨੂੰ 1.5 ਮਹੀਨੇ ਚਾਹੇ 2 ਮਹੀਨੇ ਚਾਹੇ ਦੀ ਕਲੋਜ਼ਿੰਗ ਹੋ ਜਾਏਗੀ ਐਟ ਦ ਸੇਮ ਟਾਈਮ ਅਸੀਂ ਜਿਹੜਾ ਉਹਨਾਂ ਨੇ ਪਰਚੇਸ ਕਰਨਾ ਵੇ ਓਬਵੀਅਸਲੀ ਫਾਈਂਡ ਆਊਟ ਕਰਕੇ ਉਹਦਾ ਵੀ ਅਸੀਂ ਕੰਟ੍ਰੈਕਟ ਕਰ ਲੰਨੇ ਆ ਤੇ ਦੋਵੇਂ ਕਲੋਜ਼ਿੰਗਸ ਸਾਈਮਲਟੇਨੀਅਸਲੀ ਨਾਲ ਦੀ ਨਾਲ ਚਲਦੀਆਂ ਨੇ ਤੇ ਜਿਹੜਾ ਇਹਨਾਂ ਨੇ ਪਹਿਲਾਂ ਵੇਚਣਾ ਹੁੰਦਾ ਹੈ ਉਹਦੀ ਅਸੀਂ 2 ਦਿਨ ਪਹਿਲਾਂ ਹੋ ਜਾਂਦੀ ਹੈ ਕਲੋਜ਼ਿੰਗ ਤੇ ਜਿਹੜਾ ਉਹਨਾਂ ਨੇ ਖਰੀਦਣਾ ਹੁੰਦਾ ਹੈ ਉਹਦੇ 2 ਦਿਨ ਬਾਅਦ ਹੋ ਜਾਂਦੀ ਹੈ ਇਟਸ ਅ ਵੈਰੀ ਕਲੀਨ ਤੇ ਵੈਰੀ ਕਲੀਅਰ ਕਨਸੈਪਟ ਓਨ ਦਾ ਅੰਟਿਲ ਅੱਲ੍ਹਾ ਕੀ ਕਰੇ ਏਜੰਟ ਨਾਲ ਤੁਸੀਂ ਕੰਮ ਕਰ ਰਹੇ ਹੋ ਏਜੰਟ ਤੁਹਾਡਾ ਬੜਾ ਕਲੀਅਰ ਹੈ ਸਟ੍ਰੇਟ ਹੈ ਤੁਹਾਨੂੰ ਇੱਕ ਇੱਕ ਚੀਜ਼ ਦੱਸ ਰਿਹਾ ਹੈ ਤੁਹਾਨੂੰ ਐਕਸਪਲੇਨ ਕਰ ਰਿਹਾ ਹੈ ਤੇ 댓 ਮੇਕਸ ਇਟ ਵੈਰੀ ਈਜ਼ੀ ਠੀਕ ਉਹ ਸੈਲ ਕੀਤੀ ਹੈ ਘਰ ਵੀ ਸੈਲ ਕੀਤਾ ਤੇ ਮੈਂ ਆਪਣੀ ਟੀਮ ਨੂੰ ਦਰਖਾਸਤ ਕਰਾਂਗਾ ਜੀ ਆ ਟੀਵੀ ਸਕਰੀਨ ਦੇ ਉੱਤੇ ਪਲੀਜ਼ ਉਹ ਤਸਵੀਰਾਂ ਲੈ ਕੇ ਆਉਣ ਜਿੱਥੇ ਗੁਰਦੀਪ ਸਿੰਘ ਹੋਰਾਂ ਨੇ ਬਕਾਇਦਾ ਕਮਰਸ਼ੀਅਲ ਸਪੇਸ ਨੂੰ ਸੋਲਡ ਵੀ ਕੀਤਾ ਜਦ ਹੁਣੇ ਹੀ ক্লোਜ਼ ਕੀਤਾ ਤੇ ਜਿਹੜਾ ਘਰ ਤੁਸੀਂ ਟੀਵੀ ਸਕਰੀਨ ਦੇ ਉੱਤੇ ਵੇਖ ਰਹੇ ਹੋ ਉਹਨੂੰ ਵੀ ਬਕਾਇਦਾ ਜਿਹੜਾ ਹੈਗਾ ক্লোਜ਼ ਕੀਤਾ ਔਰ ਇਹਨਾਂ ਦੇ ਜਿਹੜੇ ਕਲਾਇੰਟ ਨੇ ਉਹਨਾਂ ਨੇ ਵੀ ਬਕਾਇਦਾ ਆਪਣੀ ਇੱਕ ਵੀਡੀਓ ਭੇਜੀ ਹੈਗੀ ਹੈ ਉਸੋ ਵੀਡੀਓ ਨੂੰ ਵੀ ਆਪਾਂ ਸੁਣ ਲੈਣਾ ਇੱਕ ਵਾਰੀ ਕਿ ਇਸ ਵੀਡੀਓ ਦੇ ਵਿੱਚ ਗੁਰਦੀਪ ਸਿੰਘ ਜੀ ਦੀ ਸਰਵਿਸਿਸ ਬਾਰੇ ਕੀ ਕੁਝ ਕਿਹਾ ਗਿਆ ਸੱਚ ਗਾਦੀ ਮੇਰਾ ਨਾਮ ਨਿਹਦਰ ਸਿੰਘ ਮੈਂ ਬੈਲਰੋ ਜ਼ੈਨਾ ਲੇਕਿਨ ਐਸ ਟਾਈਮ ਤੇ ਮੈਨੂੰ ਨਾ ਇਸ ਮੂਵ ਹੋਇਆ ਤੇ ਅੱਜ ਤੋਂ 6-7 ਸਾਲ ਪਹਿਲਾਂ ਇਹ ਘਰ ਮੈਨੂੰ ਗੁਰਦੀਪਾ ਜੀ ਨੇ ਲੈ ਕੇ ਦਿੱਤਾ ਜੋ ਕਿ ਬਹੁਤ ਹੈਲਪ ਕੀਤੀ ਸੀ ਇਹਨਾਂ ਨੇ ਉਸ ਟਾਈਮ ਤੇ ਸੋ ਕਿਸੇ وجہ ਕਰਕੇ ਮੈਨੂੰ ਇੱਥੋਂ ਮੂਵ ਹੋਣਾ ਪਿਆ ਤੇ ਮੈਂ ਉਹ ਵੇਚਣ ਦਾ ਇਰਾਦਾ ਕੀਤਾ ਸੀ ਸੋ ਗੁਰਦੀਪ ਭਾਈ ਨੇ ਵੱਧ ਚੜ ਕੇ ਮੇਰੀ ਹੈਲਪ ਕੀਤੀ ਮੈਨੂੰ ਉੱਥੋਂ ਬੈਠੇ ਹੀ ਇਹਨਾਂ ਨੇ ਮੇਰੀ ਧਰਤੀ ਦਾ ਨਿਵੇਸ਼ ਉਹ ਵੀ ਕਰਾਈ ਹੈ ਔਰ ਬਾਕੀ ਸਾਰੇ ਕੰਮ ਵੀ ਕਰਾਏ ਨੇ ਮੈਂ ਕੱਲ ਆਇਆ ਔਰ ਅੱਜ ਮੇਰੀ ਕਲੋਜ਼ਿੰਗ ਹੋਈ ਹੈ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਈ ਸੋ ਮੈਂ ਸਾਰੇ ਅੱਗੇ ਬੈਂਦੀ ਕਰਦਾ ਕਿ ਜੇ ਕਿਸੇ ਨੂੰ ਵੀ ਘਰ ਖਰੀਦਣ ਜਾਂ ਵੇਚਣ ਦੇ ਵਿੱਚ ਕੋਈ ਹੈਲਪ ਚਾਹੀਦੀ ਹੈ ਜੀ ਤੁਸੀਂ ਵੇਖਿਆ ਕਿ ਜਿਸ ਤਰੀਕੇ ਨਾਲ ਜਿਹੜੇ ਇਹਨਾਂ ਦੇ ਕਲਾਇੰਟਸ ਨੇ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਜਿਹੜੇ ਗੁਰਦੀਪ ਸਿੰਘ ਹੋਰਾਂ ਦੇ ਕਲਾਇੰਟ ਸੀਗੇ ਬੈਲਰੋਸ ਤੋਂ ਉਹਨਾਂ ਨੇ ਇਹਨਾਂ ਦੇ ਬਾਰੇ ਦੱਸਿਆ ਇਹਨਾਂ ਦੀ ਸਰਵਿਸਿਜ਼ ਬਾਰੇ ਦੱਸਿਆ ਓਮਨੀ ਰਿਐਲਿਟੀ ਦੀ ਸਰਵਿਸਿਜ਼ ਬਾਰੇ ਦੱਸਿਆ ਹਰਮਨ ਸਿੰਘ ਜੀ ਸਵਾਲ ਇੱਥੇ ਐ ਵੀ ਆ ਜਾਂਦਾ ਹੈ ਕਿ ਵੀ ਜਸਟ ਕੇਮ ਟੂ ਯੂ ਐਸ ਐਂਡ ਹੈਵ ਸਟੱਡੀ ਜੌਬਸ ਕੈਨ ਵੀ ਅਪਲਾਈ ਫਾਰ ਅ ਹੋਮ ਲੋਨ ਹਾਂ ਜੀ ਬਿਲਕੁਲ ਜੀ ਹੁੰਦਾ ਹੈ ਕਿ ਵੀ ਤੁਸੀਂ ਅਗਰ ਉਹਨੇ ਇਸ ਕੰਟਰੀ 'ਚ ਨਵੇਂ ਆਏ ਹੋ ਅਸੀਂ ਉਹਨਾਂ ਦੀ ਲੋਨ ক্লোਜ਼ ਕੀਤਾ ਲੈਸ ਕਿ ਉਹਨਾਂ ਨੂੰ ਸਾਲ ਪਹਿਲੇ ਇੱਥੇ ਇਸ ਕੰਟਰੀ 'ਚ ਆਏ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਅੱਗੇ ਜੌਬ ਕੀਤੀ ਅਸੀਂ ਪਿੱਛੇ ਜੌਬ ਰੈਫਰੈਂਸ ਪਿੱਛੋਂ ਇੰਡੀਆ ਤੋਂ ਮੰਗਾਇਆ ਇੱਕ ਈਮੇਲ ਗਈ ਬੈਂਕ ਵੱਲੋਂ এমਪਲੋਇਮੈਂਟ ਵੈਰੀਫਿਕੇਸ਼ਨ ਉਹਨਾਂ ਨੇ ਕੰਪਨੀ ਨੇ ਵੈਰੀਫਾਈ ਕੀਤੀ ਉਹਦੀ ਬੇਸ ਤੇ ਅਸੀਂ ਕੀਤਾ ਅਗਰ ਤੁਸੀਂ ਜਿ ਕਈ ਕੇਸਿਸ ਦੇ ਵਿੱਚ ਹੁੰਦਾ ਕਿ ਤੁਸੀਂ ਲੱਗ ਸੇ ਤੁਸੀਂ ਇੱਥੇ ਆਏ ਤੁਹਾਨੂੰ 2 ਸਾਲ ਹੋ ਗਏ 3 ਸਾਲ ਹੋ ਗਏ ਜੌਬ ਕਰਦੇ ਸਿਰਫ ਇੱਕ ਸਾਲ ਹੋਇਆ ਸਾਨੂੰ 24 ਮੰਥਸ ਜੌਬ ਦੀ ਹਿਸਟਰੀ ਕਵਰ ਰਿਕਵਰ ਕਰਨੀ ਪੈਂਦੀ ਹੈ ਤੇ ਸਮ ਟਾਈਮ ਵੀ ਗੋ ਬੈਕ ਕਿ ਤੁਸੀਂ 5 ਸਾਲ ਪਹਿਲੇ ਇੰਡੀਆ ਜੌਬ ਕੀਤੀ ਸੀ ਅਗਰ ਉਹ ਕੰਪਨੀ ਸਾਨੂੰ 5 ਸਾਲ ਪੁਰਾਣਾ ਵੀ ਰੈਫਰੈਂਸ ਦੇ ਦੇਵੇ ਕਿ ਤੁਸੀਂ ਉੱਥੇ ਸਾਲ 2 ਸਾਲ ਕੰਮ ਕੀਤਾ ਸੀਗਾ ਤੇ ਹੁਣ ਤੁਸੀਂ ਇੱਥੇ ਆ ਕੇ ਕੰਮ ਕਰ ਰਹੇ ਹੋ 1 ਸਾਲ ਤੋਂ ਟੋਟਲ 24 ਮੰਥਸ ਅਗਰ ਵਰਕ ਹਿਸਟਰੀ ਹੋ ਜਾਵੇ ਭਾਵੇਂ ਗੈਪ ਵੀ ਹੈਗਾ ਵੀ ਕੈਨ ਸਟਿਲ ਡੂ ਦਾ ਲੋਨ ਹਾਂ ਦੈਟਸ ਬੇਸਡ ਓਨ ਕਿ ਤੁਸੀਂ ਅਗਰ ਅਪਰੂਵ ਕਰਨਾ ਪੈਂਦਾ ਕਿ ਤੁਸੀਂ ਇੱਥੇ ਆਏ ਤੁਸੀਂ ਕਦੋਂ ਆਏ ਕਦੋਂ ਤੁਸੀਂ ਕੰਮ ਸ਼ੁਰੂ ਕੀਤਾ ਵੀ ਹੈਵ ਟੂ ਜਸਟ ਟੂ ਮੇਕ ਇਟ ਕੰਪਲੀਟ ਐਕਸਪਲੇਨੇਸ਼ਨ ਬਣਾਣੀ ਪੈਂਦੀ ਹੈ ਬੈਂਕ ਵਾਸਤੇ ਐਂਡ ਥਿਸ ਇਜ਼ ਵੈਰੀ ਰੇਅਰ ਹੁੰਦਾ ਕਈ ਬੈਂਕ ਮੰਨਦੇ ਨੇ ਬਟ ਮੋਸਟ ਆਫ ਬੈਂਕ ਦੇ ਸੇ ਥੋੜਾ ਕਨਫਿਊਜ਼ ਹੋ ਮੈਨੇ ਕਿ ਵੀ ਕਿਵੇਂ ਵੈਰੀਫਿਕੇਸ਼ਨ ਕਰਾਵਾਂਗੇ ਅਸੀਂ ਕਿਉਂਕਿ ਆਪਣੀ ਕਮਿਊਨਿਟੀ ਨਾਲ ਡੀਲ ਕਰਦੇ ਆ ਤੇ ਸਾਨੂੰ ਦਿਸ ਇਜ਼ ਅ ਵੈਰੀ ਕਾਮਨ ਇਸ਼ੂ ਸਾਨੂੰ ਆਂਦਾ ਕਦੀ ਕਦੀ ਤੇ ਅਸੀਂ ਵੀ ਡੀਲ ਇਟ ਬਿਕਾਜ਼ ਵੀ ਹੈਵ ਡਨ ਇਟ ਕਿ ਬੜੇ ਸਾਰੇ ਅਸੀਂ ਲੋਨ ਇਹੋ ਜਿਹੇ ਕੀਤੇ ਹੋਏ ਨੇ ਅਗਲਾ ਸਵਾਲ ਹੈ ਜੀ ਮਾਈ ਇੰਟਰਸਟ ਰੇਟ ਇਜ਼ 3.75 ਐਂਡ ਲੋਨ ਬੈਲੈਂਸ ਇਜ਼ 295000 ਇਜ਼ ਇਟ ਵਰਥ ਇਜ਼ ਟੂ ਰੀਫਾਈਨੈਂਸ ਐਂਡ ਚੇਂਜ ਟੂ 15 ਇਅਰ ਦੇਖੋ ਪਹਿਲਾ ਕੁਐਸਚਨ ਹੈ ਕਿ ਤੁਸੀਂ 3.75 ਇੰਟਰਸਟ ਇਜ਼ ਇਟ ਵਰਥ ਟੂ ਰੀਫਾਈਨੈਂਸ ਮੇਬੀ ਨਾਟ ਲੋਨ ਅਮਾਉਂਟ ਵੀ ਤੁਹਾਡਾ ਛੋਟਾ ਹੋਵੇ ਮਗਰ ਜਿਹੜਾ ਤੁਸੀਂ ਤੁਸੀਂ ਸੈਕੰਡ ਪਾਰਟ ਬੋਲੇ ਆ ਕਿ ਤੁਸੀਂ ਇਹ ਕੈਨ ਵੀ ਕਨਵਰਟ ਟੂ 15 ইয়ার্স यस दैट इज ਐਬਸੋਲੂਟਲੀ ਮੇਕਸ ਸੈਂਸ ਅਗਰ ਉਹਨੂੰ ਤੁਸੀਂ 30 ਸਾਲ ਦਾ ਤੁਸੀਂ ਅਗਰ 4-5 ਸਾਲ ਦੇ ਚੁੱਕੇ ਹੋ 24-25 ਸਾਲ ਰਹਿ ਗਏ ਨੇ ਹੁਣ ਤੁਸੀਂ ਉਹਨੂੰ 15 ਸਾਲ ਦਾ ਕਰ ਲਿਆ ਰੇਟ ਅੰਨੇ ਲਾਉਣੇ ਕਿ ਆਲਮੋਸਟ ਕਈ ਵਾਰ ਤੁਹਾਡੀ ਪੇਮੈਂਟ ਜਿਹੜੀ ਸੇਮ ਹੀ ਬੰਦੀ ਪਈ ਹੈ ਜੋ 3rd ইয়ার ਦੀ ਸੀ ਉਹ 15 ਦੀ ਪੇਮੈਂਟ ਬਣ ਰਹੀ ਹੈ ਸੋ ਡੈਫੀਨਟਲੀ ਸਾਨੂੰ ਕਾਲ ਕਰੋ ਵੀਲ ਡੂ ਦਾ ਕੈਲਕੂਲੇਸ਼ਨ ਐਂਡ ਵੀਲ ਸੀ ਕਿ ਤੁਹਾਡੀ ਕਿੰਨੀ ਪੇਮੈਂਟ ਬਣੇਗੀ ਵਰਥ ਇਟ ਹੈ ਐਬਸੋਲੂਟਲੀ ਚੇਂਜ ਕਰ ਰਹੇ ਹੋ ਸ਼ਾਰਟਰ ਟਰਮ ਕਿਉਂਕਿ 15 ਸਾਲ ਦਾ ਲੋਨ ਖਤਮ ਹੋ ਗਿਆ ਤੁਸੀਂ ਉਸ ਘਰ ਚ ਕਰ ਰਹੇ 20 ਸਾਲ ਸੋ ਯੂ ਵਿਲ ਹੈਵ ਅ ਪੀਸ ਆਫ ਮਾਈਂਡ ਕਿ ਮੈਂ 15 ਸਾਲ ਦਾ ਲੋਨ ਫਿਨਿਸ਼ ਕਰ ਲਿਆ ਹੁਣ ਮੇਰੇ ਹੈਵ ਨੋ ਮਾਰਗੇਜ ਔਨ ਦਾ ਹਾਊਸ ਦਿਸ ਇਜ਼ ਮਾਈ ਪ੍ਰੋਪਰਟੀ ਦਿਸ ਇਜ਼ ਮਾਈ ਇਹ ਮੇਰੀ ਟੋਟਲ ਮੇਰੀ ਨੈਟਵਰਥ ਹੈਗੀ ਹੈ ਜਿਹੜੀ ਸੋ ਸਮ ਪੀਪਲ ਦੇ ਪਲਾਨ ਫॉर ਦਾ ਰਿਟਾਇਰਮੈਂਟ ਟਾਈਮ ਬਿਲਕੁਲ ਜਿਨ੍ਹਾਂ ਨੇ ਹਜੇ ਤੱਕ ਪਲਾਨ ਨਹੀਂ ਕੀਤਾ ਉਹ ਪਲਾਨ ਕਰ ਲੈਣ ਫ੍ਰੀ ਪਰਸਨ ਕੰਸਲਟੇਸ਼ਨ ਦੇ ਲਈ ਹਰਮਨ ਸਿੰਘ ਹੋਰਾਂ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਇਹਨਾਂ ਨਾਲ ਤੁਸੀਂ ਆਪਣੀ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਔਰ ਜੇਕਰ ਤੁਸੀਂ ਆਪਣਾ ਘਰ ਸੈਲ ਕਰਨਾ ਚਾਹੁੰਦੇ ਹੋ ਤੁਸੀਂ ਹੁਣ ਕਹਿ ਰਹੇ ਹੋ ਕਿ ਮੈਂ ਆਪਣਾ ਘਰ ਸੈਲ ਕਰਕੇ ਲੌਂਗ ਆਇਲੈਂਡ ਦੇ ਵਿੱਚ ਘਰ ਬਾਏ ਕਰਨਾ ਚਾਹੁੰਦਾ ਉਹਦੇ ਲਈ ਤੁਸੀਂ ਗੁਰਦੀਪ ਸਿੰਘ ਹੋਰਾਂ ਨਾਲ ਰਾਬਤਾ ਕਰ ਸਕਦੇ ਹੋ ਗੁਰਦੀਪ ਸਿੰਘ ਜੀ ਕਿਸ ਨੰਬਰ ਤੇ ਤੁਹਾਨੂੰ ਕਾਲ ਕਰਨ ਜੀ ਯੂ ਕੈਨ ਕਾਲ ਮੀ ਐਨੀ ਟਾਈਮ ਜੀ ਐਟ 7187907277 ਠੀਕ ਹੈ ਜੀ ਤੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਨਾਲ ਵੀ ਜਿਹੜੀ ਗੱਲ ਹੈ ਉਹ ਕੱਲ ਕਰ ਸਕਦੇ ਹੋ ਹਾਂ ਬਹੁਤ ਲੰਬਾ ਸਮਾਂ ਹੋ ਗਿਆ ਕਿਸੇ ਤੁਸੀਂ ਏਜੰਟ ਨਾਲ ਆਪਣੀ ਲਿਸਟਿੰਗ ਕੀਤੀ ਹੋਈ ਔਰ ਘਰ ਤੁਹਾਡਾ ਉਹ ਸੈਲ ਨਹੀਂ ਕਰ ਪਾ ਰਿਹਾ ਤੁਸੀਂ ਰਿਕੁਐਸਟ ਹੈ ਤੁਹਾਨੂੰ ਕਰ ਰਹੇ ਨੇ ਤੁਹਾਨੂੰ ਇਹ ਕਹਿ ਰਹੇ ਨੇ ਇੱਕ ਵਾਰੀ ਸੇਵਾ ਦਾ ਮੌਕਾ ਜਿਹੜਾ ਹੈਗਾ ਜਰੂਰ ਦਿਓ ਇਹ ਰਿਕੁਐਸਟ ਹਰਮਨ ਸਿੰਘ ਜੀ ਵੱਲੋਂ ਔਰ ਇਹ ਰਿਕੁਐਸਟ ਜਿਹੜੀ ਹੈਗੀ ਹੈ ਗੁਰਦੀਪ ਸਿੰਘ ਜੀ ਵੱਲੋਂ ਕੀਤੀ ਜਾ ਰਹੀ ਹੈ ਕਿ ਇਹ ਤੁਹਾਡਾ ਘਰ ਸੈਲ ਕਰਨਗੇ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਉੱਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਐਡਵਾਈਸ ਲੈ ਸਕਦੇ ਹੋ ਜੰਨ ਜਾਂਦੇ ਹਰਮਨ ਸਿੰਘ ਜੀ ਕੀ ਕਹਿਣਾ ਚਾਹੋਗੇ ਮੇਰੀ ਇਹ ਜੀ ਰਿਕੁਐਸਟ ਇੱਕ ਹੁੰਦਾ ਕਿ ਵੀ ਸਾਡਾ ਕਿ ਜਦ ਬਾਰ ਬਾਰ ਅਸੀਂ ਰਿਪੀਟ ਕਰਦੇ ਹਾਂ ਕਿ ਸਾਡੇ ਕਮਿਊਨਿਟੀ ਜਦੋਂ ਮੈਂ ਵੀ ਆਇਆ ਇਸ ਕੰਟਰੀ ਵਿੱਚ ਸਾਹਮਣੇ ਕਿ ਥੋੜਾ ਝਿਜਕਦੀ ਹੁੰਦੀ ਸੀ ਵੀ ਅਸੀਂ ਕਾਰਵਾਈ ਕਰਨਾ ਤਾਂ ਕਿਵੇਂ ਕਰਨਾ ਤੇ ਸਾਡਾ ਡੋਰ ਓਪਨ ਨੇ ਤੁਹਾਡੇ ਵਾਸਤੇ ਆਪਣਾ ਘਰ ਸਮਝ ਕੇ ਸਾਡੇ ਕੋਲ ਆਓ ਤੁਸੀਂ ਵਿਲ ਗੈਟ ਤੁਸੀਂ ਫੈਮਿਲੀ ਟਾਈਪ ਦੀ ਟ੍ਰੀਟਮੈਂਟ ਤੁਹਾਨੂੰ ਮਿਲੇਗੀ ਸਾਡਾ এনਵਾਇਰਨਮੈਂਟ ਵੀ ਬੜਾ ਫੈਮਿਲੀ ਵਾਲਾ ਹੈ ਸਾਡੇ ਕੋਲ ਜਿਹੜੀ ਕੋਈ ਏ ਪੰਜਾਬੀ ਬੋਲਦੇ ਨੇ ਡਿਫਰੈਂਟ ਲੈਂਗੁਏਜਸ ਬੋਲਦੇ ਨੇ ਤੁਹਾਨੂੰ ਫੀਲ ਨਹੀਂ ਹੋਏਗਾ ਕਿ ਤੁਸੀਂ ਕਿ ਤੁਸੀਂ ਗਏ ਹੋ ਸਟ੍ਰੇਂਜ ਪਲੇਸ ਹੁੰਦੇ ਆਪਰਾ ਆਓ ਆਪਰਾ ਕਾਰ ਸਮਝ ਕੇ ਆਓ ਸਾਡ ਕੋਲ ਅਡਵਾਈਸ ਲਓ ਅਡਵਾਈਸ ਤੁਹਾਨੂੰ ਤੁਹਾਡੇ 100% ਤੁਹਾਨੂੰ ਕੰਮ ਆਏਗੀ ਤੁਹਾਡੇ ਕਾਰ ਵੇਚਣਾ ਹੈ ਖਰੀਦਣਾ ਹੈ ਮਾਰਗੇਜ ਕਰਾਣੀ ਰੀਫਰੈਂਸ ਕਰਾਣੀ ਕਿਸੇ ਵੀ ਟਾਈਪ ਦੀ ਪ੍ਰਾਪਰਟੀ ਦੇ ਰਿਲੇਟਡ ਕੋਸ਼ਣ ਜਿਹੜਾ ਹੈਗਾ ਵੀ ਵਿਲ ਐਨਸਰ ਇਟ ਫਾਰ ਯੂ ਬਿਲਕੁਲ ਜੀ ਸੋ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਮਿਲਾਂਗੇ ਤੁਹਾਨੂੰ ਨੈਕਸਟ ਵੀਕ ਥਰਸਡੇ ਨੂੰ ਔਰ ਲੈ ਕੇ ਆਵਾਂਗੇ ਓਮਨੀ ਮਾਰਗੇਜ ਆਪਣੀ ਰਿਐਲਿਟੀ ਤੋਂ ਹੈ ਐਡਵਾਈਸਸ ਫॉर ਬਾਇੰਗ ਯੋਰ ਡ੍ਰੀਮ ਹਾਊਸ ਔਰ ਸੈਲਿੰਗ ਯੋਰ ਡ੍ਰੀਮ ਹਾਊਸ ਤਾਂ ਤੱਕ ਤੁਸੀਂ ਖੁਸ਼ ਰਹੋ ਆਪਣੇ ਆਪ ਨੂੰ ਖੁਸ਼ ਰੱਖੋ ਆਪਣੇ ਮਾਪਿਓ ਨੂੰ ਖੁਸ਼ ਰੱਖੋ ਆਪਣੀ ਵਾਈਫ ਨੂੰ ਜਰੂਰ ਖੁਸ਼ ਰੱਖੋ ਯਾਰ ਧੰਨਵਾਦ ਸਤਿ ਸ੍ਰੀ ਅਕਾਲ